ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਜਾਇਦਾਦ ਦੀ ਖਰੀਦ ਫਰੋਖਤ ਸੰਬੰਧੀ ਕਾਨੂੰਨ, ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਅਭਿਨਵ ਨੰਦਾ ਜੀ। ਨੰਦਾ ਸਾਹਿਬ, ਤੁਹਾਡਾ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ। ਮੇਰੇ ਵੱਲੋਂ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਇਸ ਦੇ ਨਾਲ ਹੀ ਪ੍ਰੋਗਰਾਮ ਦੇ ਸਿਲਸਿਲੇ ਨੂੰ ਸ਼ੁਰੂ ਕਰਦੇ ਹਾਂ, ਤਾਂ ਜਿੱਦਾਂ ਕਿ ਅੱਜ ਸਾਡੇ ਜਿਹੜਾ ਵਿਸ਼ਾ ਹੀ ਜਿਹੜਾ ਪ੍ਰੋਗਰਾਮ ਦਾ ਹੈ ਜੀ, ਜਾਇਦਾਦ ਦੀ ਖਰੀਦ ਫਰੋਖਤ ਸੰਬੰਧੀ ਕਾਨੂੰਨ ਜੀ। ਤਾਂ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਦੀ ਜਾਣਕਾਰੀ 'ਚ ਇਸ ਗੱਲ ਦਾ ਵਾਧਾ ਕਰੋ ਜੀ ਕਿ ਜਾਇਦਾਦ ਦੀ ਖਰੀਦ ਤਾਂ ਫਰੋਖਤ ਦੋ ਸ਼ਬਦ ਹਨ, ਇਹ ਕਾਨੂੰਨ ਮੁਤਾਬਕ ਇਹਨਾਂ ਦਾ ਕੀ ਮਤਲਬ ਹੈ ਜੀ? ਦੇਖੋ ਵਕੀਲ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਜਾਇਦਾਦ ਦੀ ਖਰੀਦ ਅਤੇ ਵੇਚਣ ਦੇ ਸੰਬੰਧ ਦੇ ਵਿੱਚ, ਇਹਦੇ ਵਿੱਚ ਦੋ ਪਾਰਟੀਆਂ ਦਾ ਮੇਨ ਇਨਵੋਲਵਮੈਂਟ ਹੁੰਦੀ ਆ। ਇੱਕ ਹੁੰਦੇ ਆ ਜਿਹੜੇ ਵੇਚਣ ਵਾਲੇ ਹੁੰਦੇ ਆ, ਇੱਕ ਹੁੰਦੇ ਆ ਜਿਹੜੇ ਖਰੀਦਣ ਵਾਲੇ ਹੁੰਦੇ ਆ। ਜਿਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਜਿਹੜੀ ਜਾਇਦਾਦ ਇਹਨਾਂ ਨੇ ਖਰੀਦਣੀ ਆ ਜਾਂ ਵੇਚਣੀ ਆ, ਉਹਦੇ ਸੰਬੰਧ ਦੇ ਵਿੱਚ ਇਹਨਾਂ ਦੇ ਵਿੱਚ ਆਪਸ 'ਚ ਇੱਕ ਡੀਲ ਹੁੰਦੀ ਆ। ਉਹ ਜਦੋਂ ਡੀਲ ਦੇ ਵਿੱਚ ਕੋਈ ਟਰਮਸ ਐਂਡ ਕੰਡੀਸ਼ਨ ਦੇ ਇਹਨਾਂ ਦੀ ਸੈਟਲਮੈਂਟ ਹੁੰਦੀ ਆ, ਕੋਈ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਹੁੰਦਾ ਜਿਹਨੂੰ ਕੰਸੀਡਰੇਸ਼ਨ ਕਹਿੰਦੇ ਆ, ਇਹਦੇ ਵਿੱਚ ਜਦੋਂ ਆਪਾਂ ਇੱਕ ਨੋਰਮਲ ਭਾਸ਼ਾ 'ਚ ਗੱਲ ਕਰਦੇ ਹਾਂ, ਜਦੋਂ ਆਪਾਂ ਬਿਆਨਾ ਕਰਦੇ ਹਾਂ, ਇਹ ਇੰਡੀਅਨ ਕੰਟਰੈਕਟ ਐਕਟ 1872 ਦੇ ਤਹਿਤ ਇਹ ਕਵਰ ਹੁੰਦੇ ਆ। ਠੀਕ ਹੈ ਜੀ। ਇਹ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਇੱਕ ਬੰਦਾ ਤਾਂ ਖਰੀਦਦਾਰ ਹੈ, ਇੱਕ ਜਿਹੜਾ ਹੈਗਾ ਜਿਹੜਾ ਉਹ ਜਿਸਨੇ ਜਿਹੜੀ ਹੈ ਵੇਚਣੀ ਹੈ ਜਾਇਦਾਦ ਜਿਹੜੀ ਹੈਗੀ ਹੈ, ਤਾਂ ਆਮ ਤੌਰ 'ਤੇ ਜਿਹੜਾ ਹੈ ਕਿ ਇਹ ਜਿਹੜਾ ਭਾਰਤੀ ਜਿਹੜੀ ਕੰਟਰੈਕਟ ਐਕਟ ਹੈ ਉਹਦੇ ਤਹਿਤ ਆਉਂਦੇ ਹੈ। ਤਾਂ ਆਮ ਜਿਹੜੀ ਇੱਕ ਜਿਹੜੀ ਲੋਕਾਂ ਦੀ ਵੀ ਧਾਰਨਾ ਇਹੀ ਹੈ ਕਿ ਜਿਹੜੀ ਜਦ ਵੀ ਕੋਈ ਜਾਇਦਾਦ ਖਰੀਦਣੀ ਹੈ ਤਾਂ ਵੇਚਣੀ ਹੈ, ਉਸਦਾ ਜਿਹੜਾ ਇੱਕ ਕਾਨੂੰਨੀ ਪੱਖ ਇੰਨਾ ਕੀ ਹੈ ਕਿ ਜਿਹੜਾ ਉਸਦਾ ਜਿਹੜਾ ਇੱਕ ਸੇਲ ਅਗਰੀਮੈਂਟ ਹੈ ਉਹਨੂੰ ਜਾ ਕੇ ਜਿਹੜਾ ਹੈ ਉਹ ਰਜਿਸਟਰ ਕਰਵਾ ਲਓ, ਜਾ ਕੇ ਰਜਿਸਟਰੀ ਹੋ ਗਈ ਤਾਂ ਤੁਹਾਡਾ ਜਿਹੜੀ ਹੈ ਕਿ ਜਾਇਦਾਦ ਦੀ ਜਿਹੜੀ ਖਰੀਦ ਜਾਂ ਵੇਚ ਜਿਹੜੀ ਉਹ ਸੇਲ ਪਰਚੇਸ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਹਾਂ ਜੀ, ਉਹ ਪੂਰੀ ਹੋ ਗਈ ਹੈ। ਪਰ ਸਾਡੇ ਦਰਸ਼ਕਾਂ ਨੂੰ ਇਸ ਗੱਲ ਦੇ ਵਿੱਚ ਹੋਰ ਜਿਹੜਾ ਵਾਧਾ ਕਰੋ ਕਿ ਖਾਸ ਤੌਰ 'ਤੇ ਕੇਵਲ ਜਿਹੜਾ ਇੰਡੀਅਨ ਕੰਟਰੈਕਟ ਐਕਟ ਹੀ ਜਿਹੜਾ ਇਹ ਜਾਇਦਾਦ ਨੂੰ ਖਰੀਦਣ ਅਤੇ ਵੇਚਣ ਸੰਬੰਧੀ ਹਨ ਕਿ ਹੋਰ ਵੀ ਜਿਹੜੇ ਸਾਡੇ ਜਿਹੜਾ ਸੰਵਿਧਾਨ ਦੇ ਤਹਿਤ ਕਾਨੂੰਨ ਜਿਹੜੇ ਉਹ ਲਿਖੇ ਗਏ ਇਸ ਸੰਬੰਧ ਵਿੱਚ, ਉਹਦੇ ਬਾਰੇ ਜਾਣਕਾਰੀ ਦਿਓ ਜੀ। ਵਕੀਲ ਸਾਹਿਬ, ਜਦੋਂ ਆਪਾਂ ਜਾਇਦਾਦ ਖਰੀਦਣੀ ਹੈ ਵੇਚਣੀ ਹੈ, ਉਹਦੇ ਵਿੱਚ ਜਿਹੜਾ ਪਹਿਲਾ ਸਟੈਪ ਹੁੰਦਾ ਉਹ ਹੁੰਦਾ ਬਿਆਨਾ। ਬਿਆਨੇ ਤੋਂ ਬਾਅਦ ਤੁਸੀਂ ਆਪਸ 'ਚ ਕਰਾਉਂਦੇ ਹੋ ਰਜਿਸਟਰੀ। ਜਦੋਂ ਤੁਸੀਂ ਰਜਿਸਟਰੀ ਕਰਾਉਂਦੇ ਹੋ, ਉਹਨੂੰ ਆਪਾਂ ਸੇਲ ਡੀਡ ਵੀ ਕਹਿ ਦਿੰਦੇ ਹਾਂ। ਰਜਿਸਟ੍ਰੇਸ਼ਨ ਐਕਟ ਦੇ ਤਹਿਤ ਉਹ ਰਜਿਸਟਰ ਹੁੰਦੀ ਹੈ ਤਹਿਸੀਲ 'ਚ ਜਾ ਕੇ। ਠੀਕ ਹੈ ਜੀ। ਉਹ ਤੋਂ ਬਾਅਦ ਜਿਹੜਾ ਥਰਡ ਸਟੈਪ ਤੁਹਾਡਾ ਆ ਜਾਂਦਾ, ਉਹ ਆ ਜਾਂਦਾ ਜਦੋਂ ਤੁਸੀਂ ਲੈਂਡ ਰੈਵਨਿਊ ਰਿਕਾਰਡਸ ਦੇ ਵਿੱਚ ਆਪਣਾ ਕੋਈ ਇੰਤਕਾਲ ਮਨਜ਼ੂਰ ਕਰਾਉਂਦੇ ਹੋ। ਜਦੋਂ ਤੁਸੀਂ ਇੱਕ ਪਾਰਟੀ ਤੋਂ ਕੋਈ ਜ਼ਮੀਨ ਖਰੀਦਦੇ ਹੋ, ਉਹਦਾ ਇੰਤਕਾਲ ਆਪਣੇ ਨਾਂ 'ਤੇ ਤੁਸੀਂ ਮਨਜ਼ੂਰ ਕਰਾਉਂਦੇ ਹੋ ਤਹਿਸੀਲਦਾਰ ਤੋਂ। ਉਹ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਕਾਨੂੰਨਾਂ ਦੀ, ਕਾਨੂੰਨ ਤਾਂ ਦੇਖੋ ਜੀ, ਜਦੋਂ ਜਿਹੜੀ ਜ਼ਮੀਨ ਅਸੀਂ ਖਰੀਦਣੀ ਹੈ ਉਹਦੇ ਮੁਤਾਬਿਕ ਸਾਨੂੰ ਇੱਕ ਪਤਾ ਹੋਣਾ ਚਾਹੀਦਾ ਕਿ ਜ਼ਮੀਨ ਦੇ ਜਿਹੜੇ ਕਾਗਜ਼ ਹੈ, ਆਪਾਂ ਨੂੰ ਪਹਿਲਾਂ ਪਿੱਛੇ 30 ਸਾਲ ਤੱਕ ਦਾ ਰਿਕਾਰਡ ਚੈੱਕ ਕਰਨਾ ਚਾਹੀਦਾ ਕਿ ਜ਼ਮੀਨ ਕਿੱਥੋਂ ਤੁਰੀ ਆ ਰਹੀ ਹੈ, ਪਹਿਲਾਂ ਉਹਦਾ ਕੌਣ ਮਾਲਿਕ ਸੀ, ਉਹ ਤੋਂ ਬਾਅਦ ਉਹਦਾ ਕੌਣ ਮਾਲਿਕ ਹੋਇਆ, ਇਹਦੇ ਵਿੱਚ ਐਕਸਚੇਂਜ ਆਫ ਹੈਂਡਸ ਕਿੰਨੇ ਹੋਏ ਆ। ਉਹ ਤੋਂ ਬਾਅਦ ਸਾਨੂੰ ਦੇਖਣਾ ਚਾਹੀਦਾ ਕਿ ਇਹਦਾ ਪ੍ਰੋਪਰਟੀ ਟੈਕਸ ਕਾਰਪੋਰੇਸ਼ਨ 'ਚ ਹੈਗਾ ਪੇ, ਪਿਛਲਾ ਮਾਲਿਕ ਜਿਹੜਾ ਪੇ ਕਰ ਰਿਹਾ ਕਿ ਨਹੀਂ ਕਰ ਰਿਹਾ, ਇਹਦਾ ਜਿਹੜਾ ਜੇ ਤਾਂ ਉਹ ਘਰ ਬਣਿਆ ਹੋਇਆ ਅਤੇ ਉਹਦਾ ਜਿਹੜਾ ਨਕਸ਼ਾ ਉਹ ਪਾਸ ਆ ਕਾਰਪੋਰੇਸ਼ਨ ਤੋਂ ਕਿ ਨਹੀਂ ਪਾਸ ਆ, ਠੀਕ ਹੈ ਜੀ, ਇਹਦੇ ਮੁਤਾਬਿਕ ਅੱਗੇ ਤਾਂ ਫਿਰ ਪਾਰਟੀ ਨੂੰ ਅੱਗੇ ਗਾਂਹ ਤੁਰਨਾ ਚਾਹੀਦਾ। ਠੀਕ ਹੈ ਜੀ। ਜਿੱਦਾਂ ਤੁਸੀਂ ਦੱਸਿਆ ਕਿ ਸਭ ਤੋਂ ਪਹਿਲਾ ਚਰਨ ਜਦ ਵੀ ਅਸੀਂ ਕੋਈ ਜਾਇਦਾਦ ਖਰੀਦਦੇ ਹਾਂ ਵੇਚਦੇ ਹਾਂ, ਉਹ ਹੈ ਕਿ ਦੋਹੋਂ ਧਿਰਾਂ ਆਪਸ ਦੇ ਵਿੱਚ ਇੱਕ ਬਿਆਨਾ ਲਿਖ ਲੈਂਦੀਆਂ ਹਨ ਜਿਹਨੂੰ ਆਪਾਂ ਕਹਿੰਦੇ ਹਾਂ ਅਗਰੀਮੈਂਟ ਟੂ ਸੈਲ। ਹਾਂਜੀ। ਇੱਕ ਤਾਂ ਇਹਦੇ ਨਾਲ ਲੱਗਦਾ ਪਹਿਲਾ ਸਵਾਲ ਇਹ ਹੈ ਬਿਆਨੇ ਨਾਲ ਕਿ ਜਦ ਵੀ ਕੋਈ ਬਿਆਨਾ ਲਿਖਿਆ ਜਾਂਦਾ ਹੈ ਉਸਨੂੰ ਰਜਿਸਟਰ ਕਰਵਾਉਣਾ ਜ਼ਰੂਰੀ ਹੈ, ਅਤੇ ਇਹਦੇ ਨਾਲ ਲੱਗਦਾ ਹੀ ਅਗਲਾ ਸਵਾਲ ਇਹ ਹੈ ਕਿ ਕਾਨੂੰਨ ਮੁਤਾਬਕ ਬਿਆਨੇ ਦੀ ਕਿੰਨੀ ਕੁ ਮਾਨਤਾ ਹੁੰਦੀ ਹੈ, ਅਤੇ ਕਿਹੜੇ ਹਾਲਾਤ ਇਹੋ ਜਿਹੇ ਹੁੰਦੇ ਹਨ ਜਿੱਥੇ ਕੋਈ ਆਪਾਂ ਕਹਿ ਸਕਦੇ ਹਾਂ ਕਿ ਬਿਆਨੇ ਦੀ ਮਾਨਤਾ ਨਹੀਂ ਵੀ ਹੈ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ।
ਵਕੀਲ ਸਾਹਿਬ, ਜਦੋਂ ਆਪਾਂ ਬਿਆਨੇ ਦੀ ਗੱਲ ਕਰਦੇ ਹਾਂ ਸੇਲ ਐਗਰੀਮੈਂਟ ਦੀ, ਇਹਨੂੰ ਰਜਿਸਟਰ ਕਰਾਉਣਾ ਕਾਨੂੰਨ ਦੇ ਮੁਤਾਬਿਕ ਇੰਨਾ ਜ਼ਰੂਰੀ ਨਹੀਂ ਹੈ, ਪਰ ਇਹਨੂੰ ਜੇ ਆਪਾਂ ਰਜਿਸਟਰ ਕਰਾ ਲਈਏ ਤਾਂ ਜਿਹੜਾ ਖਰੀਦਣ ਜਾਂ ਵੇਚਣ ਵਾਲੀ ਪਾਰਟੀ ਹੈ ਉਹਦੇ ਜਿਹੜੇ ਰਾਈਟਸ ਆ ਉਹ ਸਿਕਿਓਰ ਹੋ ਜਾਂਦੇ ਆ। ਉਹ ਤੋਂ ਬਾਅਦ ਜਿਹੜੇ ਬਿਆਨੇ ਦੀ ਗੱਲ ਕਰਦੇ, ਬਿਆਨਾ ਤਾਂ ਸਿਰਫ ਮਾਨਤਾ ਉਹਦੇ ਦੀ ਤਦ ਤੱਕ ਹੈ ਜਦੋਂ ਤੱਕ ਉਹ ਬਿਆਨੇ ਦੇ ਵਿੱਚ ਤੁਸੀਂ ਟਾਈਮ ਲਿੱਤਾ ਹੋਇਆ ਪੇਮੈਂਟ ਦੀ। ਠੀਕ ਹੈ। ਉਹ ਤੋਂ ਬਾਅਦ ਜੇ ਬਿਆਨੇ ਦੇ ਬਾਅਦ ਤੁਹਾਨੂੰ ਸੇਲ ਡੀਡ ਕਰਾਉਣੀ ਜ਼ਰੂਰੀ ਹੈ। ਠੀਕ ਹੈ ਜੀ। ਜੇ ਆਪਾਂ ਕਹੀਏ ਕਿ ਆਪਾਂ ਬਿਆਨੇ 'ਤੇ ਲਿਖ ਦਿੱਤਾ ਕਿ ਜੀ ਪੂਰੀ ਪੇਮੈਂਟ ਹੋ ਗਈ ਅਤੇ ਪੋਜੈਸ਼ਨ ਸਾਨੂੰ ਮਿਲ ਗਿਆ, ਇਸ ਬਿਆਨੇ ਦਾ ਕਾਨੂੰਨ ਮੁਤਾਬਿਕ ਕੋਈ ਮਾਨਤਾ ਨਹੀਂ ਹੈ ਜਦੋਂ ਤੱਕ ਤੁਸੀਂ ਆਪਣੀ ਰਜਿਸਟਰੀ ਨਹੀਂ ਕਰਾਉਂਦੇ। ਠੀਕ ਹੈ ਜੀ। ਇਹ ਜਿੱਦਾਂ ਤੁਸੀਂ ਦੱਸਿਆ ਕਿ ਬਿਆਨਾ ਲਿਖਿਆ ਗਿਆ ਦੋਹਾਂ ਧਿਰਾਂ ਦੇ ਵਿੱਚ, ਇੱਕ ਜਿਹੜਾ ਸਮਾਂ ਮਿਥ ਲਿਆ ਗਿਆ ਕਿ ਜਿਹਦੇ ਵਿੱਚ ਜਿਹੜੀ ਹੈ ਇੱਕ ਹੈ ਰਜਿਸਟਰੀ ਕਰਵਾਉਣੀ ਹੈ, ਤਾਂ ਜਾਂ ਲਿਆ ਲਿਖ ਲਿਆ ਜਾਂਦਾ ਹੈ ਕਿ ਕੁਛ ਪੈਸੇ ਆ ਗਏ ਆ, ਕੁਛ ਪੈਸੇ ਸਮੇਂ ਤੱਕ ਦੇ ਦਿੱਤੇ ਜਾਊਗੇ। ਪਰ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਦੋਹਾਂ ਧਿਰਾਂ ਦੇ ਵਿੱਚ ਉਹ ਜਿਹੜੀ ਇੱਕ ਧਿਰ ਹੈ ਉਹ ਜੋ ਲਿਖੀਆਂ ਹੋਈਆਂ ਬਿਆਨੇ ਦੀਆਂ ਸ਼ਰਤਾਂ ਦੀਆਂ ਉਹ ਪੂਰਤੀ ਨਹੀਂ ਕਰ ਪੈਂਦੀ, ਜਾਂ ਆਪਾਂ ਕਹਿ ਸਕਦੇ ਸਿੱਧੇ ਤੌਰ 'ਤੇ ਉਹਦੀ ਰਜਿਸਟਰੀ ਨਹੀਂ ਕਰਵਾ ਸਕਦੇ। ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਇੱਕ ਵਿਅਕਤੀ ਹੈ, ਪੀੜਤ ਵਿਅਕਤੀ ਹੈ, ਜਿਸ ਦੇ ਆਪਣਾ ਇੱਕ ਬਿਆਨਾ ਲਿਖਿਆ ਹੈ ਉਹ ਰਜਿਸਟਰੀ ਕਰਵਾਉਣਾ ਚਾਹੁੰਦਾ ਹੈ, ਜਾਂ ਦੂਜਾ ਬੰਦਾ ਉਸਦੀ ਗੱਲ ਨਹੀਂ ਮੰਨ ਰਿਹਾ ਬਿਆਨੇ ਦੇ ਮੁਤਾਬਕ, ਉਹ ਹਾਲਾਤਾਂ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਜੀ? ਦੇਖੋ ਵਕੀਲ ਸਾਹਿਬ, ਜਦੋਂ ਬਿਆਨੇ ਦੇ ਵਿੱਚ ਕੋਈ ਪਾਰਟੀ ਆਪਣੀ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ, ਉਹਦੇ ਵਿੱਚ ਦੇਖਣਾ ਪੈਂਦਾ ਹੈ ਕਿ ਸਭ ਤੋਂ ਪਹਿਲੀ ਗੱਲ ਸਾਨੂੰ ਦੇਖਣੀ ਚਾਹੀਦੀ ਹੈ ਕਿ ਉਹ ਕਿਸ ਕਰਕੇ ਨਹੀਂ ਪੂਰੀ ਕਰ ਰਹੀ, ਜਾਂ ਉਹ ਪੇਮੈਂਟ ਨਹੀਂ ਕਰ ਰਹੇ, ਅਤੇ ਜੇ ਤਾਂ ਉਹ ਪੇਮੈਂਟ ਨਹੀਂ ਕਰ ਪਾ ਰਹੇ, ਤੁਹਾਡਾ ਸਮਾਂ ਪੂਰਾ ਹੋ ਗਿਆ, ਐਕਸਟੈਂਸ਼ਨ ਨਹੀਂ ਹੋ ਪਾ ਰਹੀ, ਤੁਹਾਡੀ ਉਹਦੇ ਨਾਲ ਗੱਲਬਾਤ ਨਹੀਂ ਹੋ ਪਾ ਰਹੀ, ਫਿਰ ਕਾਨੂੰਨ ਦੇ ਮੁਤਾਬਿਕ ਤੁਹਾਨੂੰ ਇੱਕ ਸਿਵਲ ਸੂਟ ਕਰਨਾ ਪੈਂਦਾ, ਸੂਟ ਫਾਰ ਸਪੈਸੀਫਿਕ ਪਰਫੋਰਮੈਂਸ ਕੰਟਰੈਕਟ ਐਕਟ ਦੇ ਮੁਤਾਬਿਕ। ਇਹਦੇ ਵਿੱਚ ਹੁੰਦਾ ਕਿ ਜਿਹੜਾ ਮੇਰਾ ਬਿਆਨਾ ਹੋਇਆ ਹੈ ਇਹਨੂੰ ਪੂਰਾ ਕਰਾਇਆ ਜਾਵੇ, ਮਤਲਬ ਕਿ ਬੈਲੈਂਸ ਪੇਮੈਂਟ ਲੈ ਕੇ ਇਹ ਮੇਰੀ ਜਿਹੜੀ ਰਜਿਸਟਰੀ ਆ ਉਹ ਮੇਰੇ ਨਾਂ 'ਤੇ ਕਰਾਈ ਜਾਵੇ, ਜੇ ਜਿਹੜਾ ਖਰੀਦਦਾਰ ਆ, ਫਿਰ ਕੋਰਟ ਦੇ ਰਾਹੀਂ ਉਹਦੀ ਰਜਿਸਟਰੀ ਹੋ ਸਕਦੀ ਹੈ। ਬਟ ਇਹਦੇ ਵਿੱਚ ਇੱਕ ਹੋਰ ਪੁਆਇੰਟ ਦੇਖਣਾ ਪੈਣਾ ਸਾਨੂੰ ਕਿ ਇਹਦੇ ਵਿੱਚ ਕੋਈ ਫਰੋਡ ਦਾ ਐਂਗਲ ਤਾਂ ਨਹੀਂ ਇਨਵੋਲਵ ਆ, ਕਿਸੇ ਨੇ ਕੋਈ ਧੋਖਾਧੜੀ ਤਾਂ ਨਹੀਂ ਕੀਤੀ ਕਿਸੇ ਪਾਰਟੀ ਨਾਲ। ਜੇ ਤਾਂ ਕੋਈ ਫਰੋਡ ਦੇ ਵਿੱਚ ਜਾਂ ਧੋਖਾਧੜੀ ਦਾ ਐਂਗਲ ਇਨਵੋਲਵ ਆ, ਫਿਰ ਸਾਨੂੰ ਇਹਦੇ ਵਿੱਚ ਕ੍ਰਿਮੀਨਲ ਪ੍ਰੋਸੀਕਿਊਸ਼ਨ ਵੀ ਸ਼ੁਰੂ ਕਰਨੀ ਪੈਣੀ ਹੈ 420 406 ਦੀ। ਬਹੁਤ ਹੀ ਤੁਸੀਂ ਸੁਚੱਜੇ ਦੇ ਤਰੀਕੇ ਨਾਲ ਸਾਡੇ ਦਰਸ਼ਕਾਂ ਦੀ ਜਾਣਕਾਰੀ 'ਚ ਵਾਧਾ ਕੀਤਾ ਕਿ ਜੇ ਇੱਦਾਂ ਬਿਆਨੇ ਦੀਆਂ ਕੋਈ ਪਾਰਟੀ ਸ਼ਰਤਾਂ ਤੋਂ ਮੁੱਕਰਦੀ ਹੈ ਤਾਂ ਤੁਸੀਂ ਜਿਹੜਾ ਹੈ ਕਿ ਦਵਾਨੀ ਦੀ ਅਦਾਲਤ ਵਿੱਚ ਜਾ ਕੇ ਇੱਕ ਜਿਹੜਾ ਕੇਸ ਕਰ ਸਕਦੇ ਹੋ ਕਿ ਉਹ ਜਿਹੜੀਆਂ ਸ਼ਰਤਾਂ ਉਹ ਬਿਆਨੇ ਦੀਆਂ ਵਿਅਕਤੀ ਨੂੰ ਮਨਾਈਆਂ ਜਾਣ। ਹਾਂਜੀ। ਸੋ ਜਦ ਅਸੀਂ ਉਹ ਕੇਸ ਕਰਦੇ ਹਾਂ ਤਾਂ ਆਮ ਤੌਰ ਦੇ ਉੱਤੇ ਉਸ ਦੇ ਵਿੱਚ ਇੱਕ ਦੋ ਗੱਲਾਂ ਆਪਾਂ ਜ਼ਰੂਰ ਲਿਖਦੇ ਹਾਂ ਤਵੱਜੋ ਦੇ ਕੇ ਕਿ ਰੈਡੀ ਐਂਡ ਵਿਲਿੰਗ। ਹਾਂਜੀ। ਕਿ ਬੰਦਾ ਉੱਦਣ ਉਹਦੀ ਨੀਅਤ ਵੀ ਸੀਗੀ ਰਜਿਸਟਰੀ ਕਰਵਾਉਣ ਦੀ, ਹਾਂਜੀ, ਤਾਂ ਉਹ ਜਿਹੜਾ ਉਸ ਕਪੈਸਿਟੀ ਦੇ ਵਿੱਚ ਵੀ ਸੀਗਾ ਕਿ ਉਹ ਰਜਿਸਟਰੀ ਕਰਾ ਸਕਦਾ। ਹਾਂਜੀ। ਇਹਦੇ ਤਹਿਤ ਜਦ ਵੀ ਤੁਸੀਂ ਰਜਿਸਟਰੀ ਦੀ ਡੇਟ ਤੁਹਾਡੀ ਲਾਗੇ ਆਉਂਦੀ ਹੈ, ਕੀ ਤੁਹਾਨੂੰ ਜਿਹੜੀ ਦੂਜੀ ਧਿਰ ਹੈ ਉਸ ਨੂੰ ਜਿਹੜੀ ਸੂਚਨਾ ਦੇਣੀ ਨੋਟਿਸ ਰਾਹੀਂ ਜਾਂ ਉਹਦਾ ਇੰਟੀਮੇਸ਼ਨ ਦੇਣੀ ਜ਼ਰੂਰੀ ਹੁੰਦੀ ਹੈ ਕਿ ਭਾਈ ਫਲਾਂ ਤਰੀਕ ਨੂੰ ਰਜਿਸਟਰੀ ਹੈ ਤਾਂ ਤੁਸੀਂ ਉੱਥੇ ਪਹੁੰਚੋ, ਅਸੀਂ ਵੀ ਪਹੁੰਚਣ ਲਈ ਤਿਆਰ ਹਨ, ਤਾਂ ਸਾਡੇ ਕੋਲ ਉਨੇ ਬਣਦੇ ਪੈਸੇ ਵੀ ਹਨ, ਜਾਂ ਲੀਗਲ ਨੋਟਿਸ ਕਰਨਾ ਜ਼ਰੂਰੀ ਹੈ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਇਸ ਦੇ ਨਾਲ ਲੱਗਦੇ ਇੱਕ ਜਿਹੜਾ ਕਹਿੰਦੇ ਹੁੰਦੇ ਕਿ ਹਾਜ਼ਰੀ ਲਵਾਉਣੀ ਜਾ ਕੇ ਉੱਥੇ, ਉਹ ਕਿੰਨੀ ਕੁ ਜ਼ਰੂਰੀ ਹੈ ਉਹਦੇ ਬਾਰੇ ਜੀ ਜਾਣਕਾਰੀ ਦਿਓ। ਹਾਂਜੀ ਵਕੀਲ ਸਾਹਿਬ, ਜਿਹੜੇ ਦੋ ਸ਼ਬਦ ਆ ਕਾਨੂੰਨ ਦੇ ਵਿੱਚ, ਇੱਕ ਹੁੰਦਾ ਰੈਡੀਨੈਸ ਐਂਡ ਵਿਲਿੰਗਨੈਸ, ਇਹਦਾ ਕੀ ਮਤਲਬ ਆ? ਰੈਡੀਨੈਸ ਦਾ ਮਤਲਬ ਆ ਕਿ ਮੈਂ ਬਿਆਨੇ ਦੇ ਮੁਤਾਬਿਕ ਜਿਹੜੀ ਸ਼ਰਤਾਂ ਸੀ ਉਹਨੂੰ ਪੂਰੀਆਂ ਕਰਨ ਨੂੰ ਮੈਂ ਤਿਆਰ ਹਾਂ, ਅਤੇ ਮੇਰੀ ਸ਼ਮਤਾ ਹੈ ਕਿ ਮੈਂ ਕਪੈਸਿਟੀ ਮੇਰੀ ਹੈਗੀ ਆ ਇੰਨੀ ਪੇਮੈਂਟ ਕਰਨ ਦੀ, ਅਤੇ ਵਿਲਿੰਗਨੈਸ ਹੈ ਕਿ ਮੈਂ ਜੇ ਬਾਇਰ ਹਾਂ ਅਤੇ ਮੈਂ ਇਸ ਚੀਜ਼ ਨੂੰ ਖਰੀਦਣਾ ਚਾਹੁੰਦਾ। ਇਹਦੇ ਵਿੱਚ ਇਹ ਹੈ ਕਿ ਜੇ ਆਪਾਂ ਬੈਲੈਂਸ ਪੇਮੈਂਟ ਕਰਨੀ ਹੈ ਅਤੇ ਰਜਿਸਟਰੀ ਕਰਾਉਣੀ ਹੈ, ਉਹਨਾਂ ਨੂੰ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਇੱਕ ਲੀਗਲ ਨੋਟਿਸ ਦੇਣਾ ਪੈਣਾ ਕਿ ਬਿਆਨੇ ਦੀ ਇੱਕ ਡੇਟ ਜਿਹੜੀ ਮਿੱਥੀ ਹੋਈ ਸੀਗੀ ਉਸ ਤਰੀਕ ਵਾਲੇ ਦਿਨ ਅਸੀਂ ਤਹਿਸੀਲਦਾਰ ਕੋਲ ਹਾਜ਼ਰ ਰਹਾਂਗੇ, ਉੱਥੇ ਸਾਡੇ ਕੋਲ ਬੈਲੈਂਸ ਪੇਮੈਂਟ ਦਾ ਡਰਾਫਟ ਹੋਊਗਾ ਅਤੇ ਤੁਸੀਂ ਆ ਕੇ ਆਪਣੀ ਪੇਮੈਂਟ ਲੈ ਕੇ ਸਾਡੀ ਰਜਿਸਟਰੀ ਕਰਾ ਲਓ।
ਜੇ ਦੂਸਰੀ ਪਾਰਟੀ ਤੁਹਾਡੀ ਲੀਗਲ ਨੋਟਿਸ ਤੋਂ ਬਾਅਦ ਵੀ ਨਹੀਂ ਆਉਂਦੀ, ਫਿਰ ਤੁਹਾਨੂੰ ਉੱਥੇ ਤਹਿਸੀਲਦਾਰ ਕੋਲ ਆਪਣੀ ਹਾਜ਼ਰੀ ਲਵਾ ਕੇ ਫਿਰ ਤੁਸੀਂ ਕੋਰਟ ਦੇ ਵਿੱਚ ਜਾ ਕੇ ਕੇਸ ਦੀਵਾਨੀ ਦਾ ਫਾਈਲ ਕਰ ਸਕਦੇ ਹੋ ਅਤੇ ਆਪਣੀ ਜਿਹੜੀ ਸ਼ਰਤਾਂ ਹੈ ਕੋਰਟ ਤੋਂ ਮੁਤਾਬਿਕ ਪੂਰਾ ਕਰਾ ਸਕਦੇ ਹੋ ਕਿ ਮੈਂ ਤਿਆਰ ਵੀ ਸੀਗਾ, ਮੇਰੇ ਕੋਲ ਪੇਮੈਂਟ ਵੀ ਸੀਗੀ ਅਤੇ ਮੈਂ ਮਿੱਥੇ ਹੋਏ ਸਮੇਂ 'ਤੇ ਉੱਥੇ ਪਹੁੰਚਿਆ ਵੀ ਸੀਗਾ। ਇਹ ਤਾਂ ਸੀਗੀ ਗੱਲ ਜੀ ਸਾਡੀ ਬਿਆਨੇ ਤੱਕ। ਹੁਣ ਸਿਲਸਿਲਾ ਅੱਗੇ ਹੋਰ ਵਧਾਉਂਦੇ ਹਾਂ, ਹੁਣ ਆਪਾਂ ਗੱਲ ਕਰਦੇ ਹਾਂ ਰਜਿਸਟਰੀ ਦੀ। ਤੁਸੀਂ ਦੱਸਿਆ ਕਿ ਜਿਹੜਾ ਰਜਿਸਟ੍ਰੇਸ਼ਨ ਐਕਟ ਹੈ ਉਹਦੇ ਤਹਿਤ ਜਿਹੜੀ ਇਹ ਰਜਿਸਟਰੀ ਜਿਹੜੀ ਇਹ ਹੁੰਦੀ ਹੈ ਜਾਇਦਾਦ ਦੀ। ਸੋ ਪਹਿਲਾ ਭਾਵ ਤਾਂ ਇਹ ਹੈ ਕਿ ਜਦ ਅਸੀਂ ਕਹਿੰਦੇ ਰਜਿਸਟਰੀ ਜਾਂ ਰਜਿਸਟ੍ਰੇਸ਼ਨ, ਉਸ ਤੋਂ ਕੀ ਭਾਵ ਹੈ? ਅਗਲੀ ਗੱਲ ਇਸ ਦੇ ਨਾਲ ਲੱਗਦੀ ਇਹ ਹੈ ਕਿ ਕਿਸੇ ਵਿਅਕਤੀ ਦੀ ਜੇ ਰਜਿਸਟਰੀ ਦੇ ਨਾਲ ਕੋਈ ਤਸੱਲੀ ਨਹੀਂ ਹੈ ਜਾਂ ਉਸਨੂੰ ਲੱਗਦਾ ਹੈ ਕੁਛ ਗਲਤ ਇਹਦੇ ਵਿੱਚ ਲਿਖ ਹੋ ਗਿਆ ਜਾਂ ਕੋਈ ਮੇਰੇ ਨਾਲ ਫਰੋਡ ਹੋ ਗਿਆ ਜਾਂ ਗਲਤ ਤਰੀਕੇ ਨਾਲ ਰਜਿਸਟਰੀ ਹੋ ਗਈ, ਕੀ ਉਸ ਦੇ ਵੀ ਜਿਹੜੀ ਅਪੀਲ ਉਹ ਜਿਹੜਾ ਤਹਿਸੀਲਦਾਰ ਸਾਹਿਬ ਕੋਲ ਪੈ ਸਕਦੀ ਹੈ? ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਕੀ ਸਾਹਿਬ, ਇਹਦੇ ਵਿੱਚ ਜਦੋਂ ਰਜਿਸਟਰੀ ਦੀ ਆਪਾਂ ਗੱਲ ਕਰਦੇ ਹਾਂ, ਰਜਿਸਟਰੀ ਨੂੰ ਜਿੱਦਾਂ ਸੇਲ ਡੀਡ ਵੀ ਕਿਹਾ ਜਾਂਦਾ, ਇਹ ਸੇਲ ਡੀਡ ਦੇ ਅਰਥ ਹੈ ਕਿ ਜਦੋਂ ਇੱਕ ਬੰਦਾ ਆਪਣੀ ਜਾਇਦਾਦ ਕਿਸੇ ਨੂੰ ਵੇਚਦਾ, ਉਹ ਰਜਿਸਟਰੀ ਕਰਾਉਂਦਾ ਅਤੇ ਉਹਦੀ ਜਿਹੜੀ ਕਾਗਜ਼ ਹੈ ਉਹ ਰਜਿਸਟ੍ਰੇਸ਼ਨ ਹੁੰਦੀ ਹੈ। ਉਹ ਤੋਂ ਬਾਅਦ ਉਹ ਰਜਿਸਟਰੀ ਤੋਂ ਬਾਅਦ ਆਪਣਾ ਇੱਕ ਪੰਜਾਬ ਲੈਂਡ ਰੈਵਨਿਊ ਰਿਕਾਰਡ ਦੇ ਵਿੱਚ ਆਪਣਾ ਇੰਤਕਾਲ ਵੀ ਚੜਾ ਸਕਦਾ, ਪਟਵਾਰੀ ਆਪਣੇ ਹਲਕਾ ਪਟਵਾਰੀ ਕੋਲ ਪੇਸ਼ ਹੋ ਕੇ ਆਪਣਾ ਐਪਲੀਕੇਸ਼ਨ ਦੇ ਕੇ ਕਿ ਇਹ ਜਗ੍ਹਾ ਮੈਂ ਲੈ ਲਈ ਹੈ, ਹੁਣ ਮੇਰਾ ਨਾਮ ਇਹਦੇ 'ਤੇ ਐਂਟਰ ਕੀਤਾ ਜਾਵੇ ਮਾਲਕ ਦੇ ਤੌਰ 'ਤੇ। ਉਹ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਰਜਿਸਟਰੀ ਹੋ ਗਈ, ਰਜਿਸਟਰੀ ਕੋਈ ਗਲਤ ਤਰੀਕੇ ਨਾਲ ਕਰਾ ਲਈ, ਕੋਈ ਕਿਸੇ ਨੂੰ ਤੱਥ ਕੋਈ ਗਲਤ ਪੇਸ਼ ਕਰਕੇ ਰਜਿਸਟਰੀ ਕਰਾ ਲਈ, ਜਾਂ ਕਹਿ ਲਓ ਜੇ ਕਿਸੇ ਨਾਲ ਫਰੋਡ ਹੋ ਗਿਆ, ਫਿਰ ਜਦੋਂ ਫਰੋਡ ਹੋ ਗਿਆ ਅਤੇ ਜਦੋਂ ਫਰੋਡ ਦਾ ਜਿਹੜਾ ਐਂਗਲ ਹੈ ਉਹ ਤਾਂ ਫਿਰ ਤੁਹਾਨੂੰ ਕ੍ਰਿਮੀਨਲ ਪ੍ਰੋਸੀਕਿਊਸ਼ਨ 420 ਦੇ ਵਿੱਚ ਉਹਦੇ ਵਿੱਚ ਜਾਣਾ ਪੈਣਾ, ਉਹਦੇ ਵਿੱਚ ਦੇਖਣੇ ਪੈਣੇ ਕਿ ਕਿਹੜੇ ਹਾਲਾਤਾਂ ਦੇ ਅਤੇ ਕਿਹੜੇ ਕਿਹੜੇ ਬੰਦਿਆਂ ਨੇ ਕਿੱਦਾਂ ਇੱਕ ਫਰੋਡ ਦੀ ਇੱਕ ਤਿਥੀ ਤਿਆਰ ਕੀਤੀ ਅਤੇ ਤੁਹਾਡੇ ਨਾਲ ਝੂਠ ਭਰਮ 'ਚ ਪਾ ਕੇ ਤੁਹਾਨੂੰ ਇਹ ਰਜਿਸਟਰੀ ਜਿਹੜੀ ਹੈ ਕਰਾਈ ਗਈ ਹੈ। ਉਹ ਤੋਂ ਬਾਅਦ ਰਜਿਸਟਰੀ ਨੂੰ ਜੇ ਫਰੋਡ ਦੇ ਤਹਿਤ ਹੁੰਦੀ ਹੈ ਤਾਂ ਤੁਸੀਂ ਉਹਨੂੰ ਕੈਂਸਲ ਕਰਾ ਸਕਦੇ ਹਾਂ। ਜਿਹੜੀ ਕੈਂਸਲੇਸ਼ਨ ਦਾ ਜਿਹੜਾ ਤੁਹਾਡਾ ਦੀਵਾਨੀ ਮੁਕੱਦਮਾ ਹੋਊਗਾ ਉਹਦੇ ਵਿੱਚ ਤੁਸੀਂ ਸਿਵਲ ਸੂਟ ਕਰ ਸਕਦੇ ਹਾਂ ਡੈਕਲਰੇਸ਼ਨ ਦਾ ਕਿ ਇਹ ਜਿਹੜੀ ਰਜਿਸਟਰੀ ਹੈ ਇਹਨੂੰ ਕੈਂਸਲ ਕੀਤਾ ਜਾਵੇ। ਨਾਲ ਤੁਸੀਂ ਇਹਦੇ ਵਿੱਚ ਤਹਿਸੀਲਦਾਰ ਸਾਹਿਬ ਕੋਲ ਵੀ ਪੇਸ਼ ਹੋ ਕੇ ਕਹਿ ਸਕਦੇ ਹੋ ਕਿ ਮੇਰੀ ਰਜਿਸਟਰੀ ਜਿਹੜੀ ਹੈ ਇਹਨੂੰ ਕੈਂਸਲ ਕੀਤੀ ਜਾਵੇ। ਇਹ ਦੁਬਾਰਾ ਦੁਬਾਰਾ ਸਾਡੇ ਜੀ ਪ੍ਰੋਗਰਾਮ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਤੁਸੀਂ ਦੱਸ ਰਹੇ ਹੋ ਸਾਡੇ ਦਰਸ਼ਕਾਂ ਨੂੰ ਬੜੀ ਤਵੱਜੋ ਦੇ ਕੇ ਇੰਤਕਾਲ ਜਿਹੜਾ ਹੈ ਤੁਸੀਂ ਆਪਣੀ ਇੱਕ ਵਾਰ ਜਦ ਰਜਿਸਟਰੀ ਕਰਵਾ ਲਈ ਹੈ ਤਾਂ ਉਸ ਤੋਂ ਬਾਅਦ ਆਪਣਾ ਜਿਹੜਾ ਪਟਵਾਰੀ ਸਾਹਿਬ ਕੋਲ ਜਾ ਕੇ ਇੰਤਕਾਲ ਕਰਵਾਓ। ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਇੰਤਕਾਲ ਹੁੰਦਾ ਕੀ ਹੈ, ਤਾਂ ਅਗਲੀ ਗੱਲ ਇਹ ਇੰਤਕਾਲ ਜਿਹੜਾ ਆਪਣਾ ਦਰਜ ਕਰਵਾਉਣਾ ਕਿੰਨਾ ਕੁ ਜ਼ਰੂਰੀ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਜਿਹੜੀ ਇੰਤਕਾਲ ਦੀ ਗੱਲ ਕਰਦੇ ਹਾਂ ਇਹਨੂੰ ਇੰਗਲਿਸ਼ ਕਹਿੰਦੇ ਮਿਊਟੇਸ਼ਨ ਕਰਾਉਣਾ। ਮਿਊਟੇਸ਼ਨ ਕਰਾਉਣ ਦਾ ਮਤਲਬ ਹੁੰਦਾ ਕਿ ਜਿਹੜਾ ਸਰਕਾਰ ਕੋਲ ਇੱਕ ਲੈਂਡ ਰਿਕਾਰਡਸ ਹੈ ਕਿ ਜ਼ਮੀਨ ਦਾ ਜਿਹੜਾ ਲੇਖਾ ਜੋਖਾ ਸਰਕਾਰ ਕੋਲ ਹੈ, ਇਹ ਸ਼ੁਰੂ ਹੋਇਆ ਸੀ। ਇਹਦਾ ਪਰਪਸ ਸੀਗਾ ਕਿ ਜਦੋਂ ਸਰਕਾਰ ਜ਼ਮੀਨਾਂ 'ਤੇ ਐਗਰੀਕਲਚਰ ਲੈਂਡ 'ਤੇ ਇੱਕ ਟੈਕਸ ਵਸੂਲਦੀ ਸੀ, ਰੈਵਨਿਊ ਵਸੂਲਦੀ ਸੀ, ਅਤੇ ਉਹਨਾਂ ਕੋਲ ਇੱਕ ਇੱਕ ਫਰਦ ਦੇ ਤਹਿਤ ਇੱਕ ਇਹਨਾਂ ਕੋਲ ਰਿਕਾਰਡ ਹੈ, ਰਜਿਸਟਰ ਕਹਿ ਲਓ ਤੁਸੀਂ, ਅਤੇ ਉਹਦੇ ਵਿੱਚ ਇੰਤਕਾਲ ਕਰਾਉਣਾ ਬਹੁਤ ਜ਼ਰੂਰੀ ਹੈ ਜੀ। ਇੰਤਕਾਲ ਕਰਾਉਣ ਤੋਂ ਤੁਸੀਂ ਮਾਲਕ ਦੇ ਜਿਹੜੇ ਹੱਕ ਹੈ ਤੁਹਾਡੇ ਉਹ ਪੂਰਤ ਤੁਸੀਂ ਲੈ ਸਕਦੇ ਹੋ, ਅਤੇ ਇੱਕ ਇੱਕ ਓਨਰਸ਼ਿਪ ਦਾ ਪਰੂਫ ਵੀ ਮੰਨਿਆ ਜਾਂਦਾ ਇੱਕ ਹੱਦ ਤੱਕ। ਸੋ ਕਹਿਣ ਦਾ ਭਾਵ ਇਹ ਹੈ ਕਿ ਇਕੱਲਾ ਜਿਹੜਾ ਸਿਲਸਿਲਾ ਹੈ ਜਦ ਤੁਸੀਂ ਜਾਇਦਾਦ ਖਰੀਦਦੇ ਹੋ ਖਾਸ ਤੌਰ 'ਤੇ, ਉਹ ਜਿਹੜੀ ਆਪਣੀ ਇੱਕ ਸੇਲ ਡੀਡ ਜਾਂ ਰਜਿਸਟਰੀ ਕਰਵਾਉਣ 'ਤੇ ਨਹੀਂ ਰੁਕਦਾ ਜਾ ਕੇ, ਜਦ ਤਾਈਂ ਤੁਸੀਂ ਆਪਣਾ ਇੰਤਕਾਲ ਜਿਹੜਾ ਹੈ ਮਾਣਯੋਗ ਪਟਵਾਰੀ ਸਾਹਿਬ ਕੋਲ ਜਾ ਕੇ ਆਪਣੀ ਜਮ੍ਹਾਂਬੰਦੀ ਦੇ ਵਿੱਚ ਦਰਜ ਨਹੀਂ ਕਰਵਾਉਂਗੇ ਤਦ ਤਾਈਂ ਤੁਸੀਂ ਜਿਹੜਾ ਹੈ ਕਾਨੂੰਨ ਮੁਤਾਬਕ ਉਸ ਜਾਇਦਾਦ ਦੇ ਜਿਹੜੇ ਉਹ ਕਹਿਣ ਦਾ ਭਾਵ ਹੈ ਮਾਲਕ ਤੁਸੀਂ ਨਹੀਂ ਬਣੋਗੇ। ਹਾਂਜੀ, ਤਾਂ ਇਸ ਤੋਂ ਅਗਲੀ ਗੱਲ ਵੀ ਇਹ ਹੈ ਕਿ ਜਿੱਦਾਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਲੈਂਡ ਐਕਵੀਜੀਸ਼ਨਾਂ ਹੋ ਰਹੀਆਂ ਹਨ, ਸਾਰਾ ਕੁਝ ਹੋ ਰਿਹਾ ਹੈ, ਕਿ
ਸਾਂਝੇ ਖਾਤੇ ਲੋਕ ਬੈਠੇ ਹਨ ਜਿਹੜੀਆਂ ਪੁਰਾਣੀਆਂ ਜਿਹੜੀਆਂ ਉਹ ਵੰਡਾ ਨਹੀਂ ਹੋਈਆਂ ਤਾਂ ਉਹ ਕਬਜ਼ਾ ਕਿਸੇ ਕੋਲ ਸੀਗਾ ਤਾਂ ਜਿਹੜਾ ਇੰਤਕਾਲ ਨਾ ਹੋਣ ਕਰਕੇ ਜਿਹੜਾ ਹੈਗਾ ਕਿ ਉਹ ਜਿਹੜਾ ਹੈਗਾ ਕਿ ਉਹਨਾਂ ਕੋਲ ਪੈਸੇ ਨਹੀਂ ਆਏ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦ ਕਿਸੇ ਵਿਅਕਤੀ ਨੇ ਇੱਦਾਂ ਹੁੰਦਾ ਹੈ ਤਾਂ ਕੀ ਉਸਨੂੰ ਪਹਿਲੇ ਆਪਣਾ ਇੰਤਕਾਲ ਦਰਜ ਕਰਵਾਉਣਾ ਚਾਹੀਦਾ ਹੈ ਜਾਂ ਸਭ ਤੋਂ ਪਹਿਲੇ ਤਹਿਸੀਲਦਾਰ ਸਾਹਿਬ ਨੂੰ ਮਿਲਣਾ ਚਾਹੀਦਾ ਹੈ ਕਿ ਇਹ ਪੈਸੇ ਜਿਹੜੇ ਹੈ ਗਲਤ ਖਾਤੇ ਚੱਲ ਗਏ? ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਜੀ। ਹਾਂਜੀ ਵਕੀਲ ਸਾਹਿਬ, ਇਹਦੇ ਵਿੱਚ ਜਦੋਂ ਅਸੀਂ ਲੈਂਡ ਐਕੁਜ਼ੀਸ਼ਨ ਐਕਟ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਐਗਜ਼ੀਕਿਊਸ਼ਨ ਹੁੰਦੀ ਹੈ? ਐਕੁਜ਼ੀਸ਼ਨ ਐਕੁਜ਼ੀਸ਼ਨ ਸਰਕਾਰ ਕਰ ਸਕਦੀ ਹੈ ਪਬਲਿਕ ਪਰਪਸ ਲਈ। ਜਦੋਂ ਉਹ ਲੈਂਡ ਐਕਵਾਇਰ ਕਰਦੇ ਆ ਅਤੇ ਜਿਨ੍ਹਾਂ ਦੀ ਜ਼ਮੀਨ ਉਹਨਾਂ ਨੇ ਐਕਵਾਇਰ ਕੀਤੀ ਹੈ ਉਹ ਉਹਨਾਂ ਨੂੰ ਇੱਕ ਕੰਪਨਸੇਸ਼ਨ ਦਿੰਦੀ ਹੈ। ਕੰਪਨਸੇਸ਼ਨ ਪੈਸਿਆਂ ਦੇ ਰੂਪ ਦੇ ਸਰੂਪ ਦੇ ਵਿੱਚ ਦਿੱਤਾ ਜਾਂਦਾ। ਉਹਦੇ ਵਿੱਚ ਇੱਕ ਰੇਟ ਤੈਅ ਕੀਤਾ ਜਾਂਦਾ ਸਰਕਾਰ ਵੱਲੋਂ ਕਿ ਅਸੀਂ ਇਹ ਫਲਾਣੀ ਜਗ੍ਹਾ ਐਕਵਾਇਰ ਕਰਾਂਗੇ ਅਤੇ ਤੁਹਾਨੂੰ ਇੱਕ ਲਿਮਿਟਿਡ ਇੰਨੇ ਪੈਸੇ ਤੁਹਾਨੂੰ ਦਿੱਤੇ ਜਾਣਗੇ। ਉਹਦੇ ਵਿੱਚ ਉਹ ਦੇਖਦੇ ਆ ਕਿ ਇਹਦੇ ਜਿਹੜੇ ਮਾਲਕ ਆ, ਜਿਹੜੇ ਇੰਤਕਾਲ ਦੇ ਵਿੱਚ ਖਾਤਿਆਂ ਦੇ ਵਿੱਚ ਖਸਰੇ ਨੰਬਰ ਦੇ ਵਿੱਚ ਜਿਹੜੇ ਮਾਲਕ ਬੈਠੇ ਆ ਉਹ ਪੇਮੈਂਟ ਉਹਨਾਂ ਦੀ ਉਹਨਾਂ ਨੂੰ ਜਾਣੀ ਹੈ। ਜੇ ਆਪਾਂ ਇੱਕ ਤੁਸੀਂ ਇੱਕ ਹਾਲਾਤ ਪੇਸ਼ ਕੀਤਾ ਕਿ ਜਿਹਦੇ ਵਿੱਚ ਇੱਕ ਪਰਸਨ ਜਿਹੜਾ ਇੱਕ ਬੰਦਾ ਪੁਜੈਸ਼ਨ 'ਚ ਸੀਗਾ ਉਹ ਮਾਲਕ ਸੀਗਾ ਪਰ ਉਹਦਾ ਇੰਤਕਾਲ ਨਹੀਂ ਹੋਇਆ, ਇੰਤਕਾਲ ਨਹੀਂ ਹੋਇਆ ਇਸ ਲਈ ਉਹਨੂੰ ਪੇਮੈਂਟ ਨਹੀਂ ਮਿਲੀ, ਪੇਮੈਂਟ ਬਾਕੀਆਂ ਨੂੰ ਮਿਲ ਗਈ। ਸਭ ਤੋਂ ਪਹਿਲੀ ਗੱਲ ਤਾਂ ਜੀ ਉਹਨੂੰ ਪੇਮੈਂਟ ਉਹਨਾਂ ਨੂੰ ਰੁਕਵਾਉਣ ਲਈ ਤਹਿਸੀਲਦਾਰ ਸਾਹਿਬ ਨੂੰ ਮਿਲਣਾ ਪੈਣਾ, ਉਹਨਾਂ ਨੂੰ ਇੱਕ ਐਪਲੀਕੇਸ਼ਨ ਦੇਣੀ ਪੈਣੀ ਹੈ ਕਿ ਇਹਦੀ ਪੇਮੈਂਟ ਜਿਹੜੀ ਹੈ ਉਹ ਜਿਨ੍ਹਾਂ ਦੇ ਨਾਂ 'ਤੇ ਇੰਤਕਾਲ ਸੀਗਾ ਇਹਨਾਂ ਨੂੰ ਨਾ ਕੀਤੀ ਜਾਵੇ। ਮੈਂ ਇਹਨਾਂ ਤੋਂ ਜ਼ਮੀਨ ਖਰੀਦ ਚੁੱਕਿਆ ਸੀਗਾ, ਇਹ ਮੇਰੀ ਸੇਲ ਡੀਡ ਹੈ ਪਰ ਮੇਰਾ ਇੰਤਕਾਲ ਨਹੀਂ ਹੋ ਪਾਇਆ, ਪੇਮੈਂਟ ਰੁਕਾ ਕੇ ਫਿਰ ਆਪਣਾ ਇੰਤਕਾਲ ਪੂਰਤੀ ਕਰਾਉਣ, ਮਨਜ਼ੂਰ ਕਰਾਉਣ, ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਉਹ ਪੇਸ਼ ਕੀਤੀ ਜਾਊਗੀ। ਠੀਕ ਹੈ ਜੀ। ਤਾਂ ਇੱਕ ਹੋਰ ਸਵਾਲ ਹੈ ਜੀ, ਬੜਾ ਅਹਿਮ ਸਵਾਲ ਹੈ ਕਿ ਆਮ ਤੌਰ 'ਤੇ ਅਸੀਂ ਸਮਾਜ ਦੇ ਵਿੱਚ ਸੁਣਦੇ ਹਾਂ ਕਿ ਇੱਕ ਪ੍ਰੋਪਰਟੀ ਜਿਹੜੀ ਹੈ ਜਾਇਦਾਦ ਅਸੀਂ ਕਿਸੇ ਵਿਅਕਤੀ ਤੋਂ ਖਰੀਦੀ ਹੈ ਤਾਂ ਉਸ ਵਿਅਕਤੀ ਨੇ ਸਾਨੂੰ ਰਜਿਸਟਰੀ ਨਹੀਂ ਕਰਵਾ ਕੇ ਦਿੱਤੀ ਪਰ ਸਾਨੂੰ ਇੱਕ ਜਿਹੜੀ ਹੈ ਪਾਵਰ ਆਫ ਅਟੋਰਨੀ ਕਰ ਦਿੱਤੀ ਹੈ। ਤਾਂ ਪਾਵਰ ਆਫ ਅਟੋਰਨੀ ਦੇ ਵਿੱਚ ਲਿਖਿਆ ਵੀ ਜਾਂਦਾ ਹੈ ਕਿ ਇਹ ਕੈਂਸਲ ਨਹੀਂ ਹੋ ਸਕਦੀ ਕਦੀ ਵੀ ਪਾਵਰ ਆਫ ਅਟੋਰਨੀ। ਕੀ ਉਸ ਪਾਵਰ ਆਫ ਅਟੋਰਨੀ ਦੀ ਰਜਿਸਟਰੀ ਜਿੰਨੀ ਮਾਨਤਾ ਹੈ ਕਾਨੂੰਨ ਮੁਤਾਬਕ? ਦੇਖੋ, ਕਾਨੂੰਨ ਮੁਤਾਬਕ ਜਦੋਂ ਅਸੀਂ ਅਟੋਰਨੀ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਦੋ ਤਰੀਕਿਆਂ ਦੀ ਅਟੋਰਨੀ ਹੁੰਦੀ ਹੈ। ਇੱਕ ਹੁੰਦੀ ਹੈ ਜਨਰਲ ਪਾਵਰ ਆਫ ਅਟੋਰਨੀ, ਇੱਕ ਹੁੰਦੀ ਸਪੈਸ਼ਲ ਪਾਵਰ ਆਫ ਅਟੋਰਨੀ। ਜਿਹੜੀ ਅਟੋਰਨੀ ਦੇ ਵਿੱਚ ਆਪਾਂ ਲਿਖ ਦਿੰਦੇ ਹਾਂ ਕੈਂਸਲ ਨਹੀਂ ਕੀਤੀ ਜਾ ਸਕਦੀ, ਬਟ ਕਾਨੂੰਨ ਦੇ ਮੁਤਾਬਕ ਇਹਦਾ ਵੀ ਇੱਕ ਪ੍ਰੋਸੀਜਰ ਆ ਕਿ ਅਟੋਰਨੀ ਕੈਂਸਲ ਕੀਤੀ ਜਾ ਸਕਦੀ ਆ। ਪਰ ਅਟੋਰਨੀ ਇੱਕ ਤੁਹਾਨੂੰ ਇੱਕ ਲਿਮਿਟਿਡ ਪਰਪਸ ਲਈ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਜ਼ਮੀਨ ਦੀ ਸੇਲ ਡੀਡ ਮਾਲਕ ਦੇ ਬਿਹਾਫ 'ਤੇ ਇਹ ਕੰਮ ਕਰਨ ਦਾ ਅਧਿਕਾਰ ਤੁਹਾਨੂੰ ਦਿੱਤਾ ਗਿਆ ਮਾਲਕ ਦੇ ਬਿਹਾਫ 'ਤੇ। ਪਰ ਇਹਦੇ ਵਿੱਚ ਮਾਲਕ ਨੇ ਇਹ ਕਿਤੇ ਨਹੀਂ ਲਿਖਿਆ ਕਿ ਮੈਂ ਜ਼ਮੀਨ ਇਹਨਾਂ ਨੂੰ ਵੇਚ ਦਿੱਤੀ ਹੈ। ਅਤੇ ਅਟੋਰਨੀ ਦੇ ਬੇਸ 'ਤੇ ਤੁਹਾਨੂੰ ਜਿਹੜੇ ਮਾਲਕਾਨਾ ਹੱਕ ਹੈ ਜ਼ਮੀਨ ਦੇ ਉਹ ਨਹੀਂ ਮਿਲਦੇ, ਤੁਹਾਨੂੰ ਸਿਰਫ ਮਾਲਕ ਦੇ ਬਿਹਾਫ 'ਤੇ ਇੱਕ ਪਾਵਰ ਹੈ ਤੁਹਾਡੇ ਕੋਲ ਕਿ ਤੁਸੀਂ ਉਹਦੇ ਬਿਹਾਫ 'ਤੇ ਤਹਿਸੀਲਦਾਰ ਸਾਹਿਬ ਕੋਲ ਪੇਸ਼ ਹੋ ਕੇ ਇਹਦੀ ਰਜਿਸਟਰੀ ਕਿਸੇ ਦੇ ਨਾਂ 'ਤੇ ਕਰਾ ਸਕਦੇ ਹੋ। ਸੋ ਕਹਿਣ ਦਾ ਭਾਵ ਹੈ ਕਿ ਜਦ ਵੀ ਜ਼ਮੀਨ ਅਸੀਂ ਖਰੀਦਣੀ ਹੈ ਤਾਂ ਵੇਚਣੀ ਹੈ ਤਾਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੀ ਤੁਸੀਂ ਇਹ ਗੱਲ ਦੇਖੋ ਕਿ ਤੁਸੀਂ ਆਪਣੀ ਜਦ ਵੀ ਜ਼ਮੀਨ ਖਰੀਦੋ ਉਹਦੀ ਰਜਿਸਟਰੀ ਜ਼ਰੂਰ ਕਰਵਾਓ ਤਾਂ ਉਸਦਾ ਜਿਹੜਾ ਇੰਤਕਾਲ ਜ਼ਰੂਰ ਲਿਖਵਾਓ। ਇਕੱਲਾ ਜੇ ਬਿਆਨੇ ਦੇ ਉੱਤੇ ਪੂਰੀ ਪੇਮੈਂਟ ਕਰਕੇ ਪੈਸੇ ਦੇ ਕੇ ਜਾਂ ਇਕੱਲੀ ਪਾਵਰ ਆਫ ਅਟੋਰਨੀ ਦੇ ਨਾਲ ਆਪਾਂ ਕਹੀਏ ਅਸੀਂ ਜਾਇਦਾਦ ਖਰੀਦ ਲਈ, ਉਹ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਕਦੀ ਵੀ ਉਹ ਜਿਹੜੀ ਆ ਉਹ ਕਾਨੂੰਨ ਮੁਤਾਬਕ ਉਹ ਜਿਹੜੀ ਆ ਖਰੀਦ ਫਰੋਖਤ ਨਹੀਂ ਹੋਈ ਜੀ। ਹਾਂਜੀ ਵਕੀਲ ਸਾਹਿਬ, ਉਹ ਇਹਦੇ ਵਿੱਚ ਜੇ ਤੁਸੀਂ ਬਿਆਨਾ ਵੀ ਲਿਖ ਲੈਂਦੇ ਹੋ ਕਿ ਫੁੱਲ ਐਂਡ ਫਾਈਨਲ ਪੇਮੈਂਟ ਹੋ ਗਈ ਜੀ, ਮੇਰੇ ਕਬਜ਼ਾ ਵੀ ਲੈ ਲਿਆ ਅਤੇ ਅਟੋਰਨੀ ਵੀ ਲੈ ਲਈ, ਇਹ ਸਾਰੀ ਜਿਹੜੀਆਂ ਇਹ ਤੁਹਾਨੂੰ ਮਾਲਕਾਨਾ ਹੱਕ ਨਹੀਂ ਦੇਣਗੀਆਂ ਕਾਨੂੰਨ ਦੇ ਮੁਤਾਬਕ। ਇਹ ਇੱਕ ਟੈਂਪਰੇਰੀ ਚੀਜ਼ ਹੈ, ਇਹ ਕੋਈ ਫਾਈਨਲ ਚੀਜ਼ ਨਹੀਂ ਹੈ। ਟੈਂਪਰੇਰੀ ਚੀਜ਼ ਹੈ ਕਿ ਤੁਸੀਂ ਸਿਰਫ ਇੱਕ ਟਾਈਮ ਪੀਰੀਅਡ ਲਈ ਉਹ ਤੋਂ ਇੱਕ ਹੱਕ ਲੈ ਲਿਆ ਉਹਦੇ ਬਿਹਾਫ 'ਤੇ ਰਜਿਸਟਰੀ ਕਰਾਉਣ ਦਾ, ਬਟ ਤੁਸੀਂ ਉਹਦੇ ਨਾਲ ਮਾਲਕ ਨਹੀਂ ਬਣੇ ਹੋ। ਤੁਸੀਂ ਇਹਦੇ ਨਾਲ ਆਪਣੇ ਨਾਂ 'ਤੇ ਮੀਟਰ ਨਹੀਂ ਲਗਵਾ ਸਕਦੇ, ਤੁਸੀਂ ਇਹਦਾ ਪ੍ਰੋਪਰਟੀ ਟੈਕਸ ਨਹੀਂ ਪੇ ਕਰੋਗੇ,
ਤੁਸੀਂ ਇਹਦੇ 'ਤੇ ਨਕਸ਼ੇ ਨਹੀਂ ਪਾਸ ਕਰਾ ਸਕਦੇ, ਅਤੇ ਤੁਸੀਂ ਇਸ ਜ਼ਮੀਨ ਦੇ ਜਿਹੜੇ ਮਾਲਕਾਨਾ ਹੱਕ ਹੈ ਉਹ ਤੁਸੀਂ ਇੰਜੋਏ ਨਹੀਂ ਕਰ ਪਾਓਗੇ। ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਕਿ ਸਾਡੀ ਜਿਹੜਾ ਆਪਣਾ ਜਿਹੜਾ ਮੁਲਕ ਹੈ ਜੀ, ਉਸ ਦੇ ਵਿੱਚ ਸਭ ਤੋਂ ਪਹਿਲਾਂ ਜਦ ਦੇਸ਼ ਆਜ਼ਾਦ ਹੋਇਆ ਤਾਂ ਜਿਹੜੇ ਬਹੁਤ ਸਾਰੇ ਜਿਹੜੇ ਸਾਡੇ ਦੇਸ਼ ਦੇ ਵਸ਼ਿੰਦੇ ਸੀਗੇ ਉਹ ਪਿੰਡਾਂ 'ਚ ਰਹਿੰਦੇ ਸੀਗੇ, ਜਿਹਨੂੰ ਆਪਾਂ ਕਹਿੰਦੇ ਦਿਹਾਤ ਦੇ ਵਿੱਚ ਰਹਿੰਦੇ ਸੀਗੇ। ਹੌਲੀ ਹੌਲੀ ਕਰਕੇ ਲੋਕ ਪੜ੍ਹਨ ਲਿਖਣ ਲੱਗੇ, ਕੰਮ ਕਾਰ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਸ਼ਹਿਰਾਂ ਵੱਲ ਨੂੰ ਜਿਹੜਾ ਸਾਡੀ ਦੇਸ਼ ਦੀ ਆਬਾਦੀ ਨੇ ਰੋਕ ਕੀਤਾ। ਸ਼ਹਿਰਾਂ ਦੇ ਵਿੱਚ ਅੱਗੇ ਘਰ ਹੁੰਦੇ ਸੀਗੇ, ਹੁਣ ਜਿਹੜੇ ਉਹ ਫਲੈਟ ਬਣਨੇ ਸ਼ੁਰੂ ਹੋ ਗਏ ਆ। ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਫਲੈਟ ਕਾਫੀ ਤੇਜ਼ੀ ਨਾਲ ਆ ਰਹੇ ਆ, ਜਿਹੜੇ ਬਹੁਤ ਸਾਰੇ ਲੋਕਾਂ ਨੂੰ ਫਲੈਟਾਂ 'ਚ ਰਹਿਣਾ ਪਸੰਦ ਕਰ ਰਹੇ ਆ, ਅਤੇ ਇਸ ਦੇ ਨਾਲ ਹੀ ਜਿਹੜੀਆਂ ਉਹ ਫਲੈਟਾਂ ਸੰਬੰਧੀ ਜਿਹੜੀਆਂ ਖਰੀਦ ਫਰੋਖਤ ਸੰਬੰਧੀ ਜਾਂ ਉਹਨਾਂ ਦੀ ਜਿਹੜੀ ਆ ਬਣਤਰ ਦੇ ਸੰਬੰਧੀ ਜਿਹੜੀਆਂ ਹੈਗੀਆਂ ਸਮੱਸਿਆ ਵੀ ਆਉਣੀਆਂ ਸ਼ੁਰੂ ਹੋ ਗਈਆਂ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਕੋਲ ਜਿਹੜਾ ਖਾਸ ਤੌਰ 'ਤੇ ਫਲੈਟਾਂ ਸੰਬੰਧੀ ਜਿਹੜਾ ਕਿਹੜਾ ਕਾਨੂੰਨ ਹੈ ਜੀ? ਹਾਂਜੀ ਵਕੀਲ ਸਾਹਿਬ, ਜਦੋਂ ਆਪਾਂ ਫਲੈਟ ਦੀ ਗੱਲ ਕਰਦੇ ਹਾਂ, ਫਲੈਟ ਜਿਹੜਾ ਕਾਨੂੰਨ ਇਹਦੇ ਵਿੱਚ ਆਇਆ ਪੰਜਾਬ ਅਪਾਰਟਮੈਂਟਸ ਐਂਡ ਲੈਂਡ ਰਿਫੋਰਮਸ ਐਕਟ 1995 ਦੇ ਵਿੱਚ, ਇਹ ਐਕਟ ਦੇ ਮੁਤਾਬਿਕ ਪੰਜਾਬ ਦੇ ਵਿੱਚ ਅਪਾਰਟਮੈਂਟਸ ਦੀ ਮਾਨਤਾ ਪ੍ਰਾਪਤ ਕਰਕੇ ਇੱਕ ਬਿਲਡਰ ਇਹਦੇ ਵਿੱਚ ਫਲੈਟ ਬਣਾ ਕੇ ਜਿਹੜੇ ਬਾਕੀ ਪਰਚੇਜ਼ਰ ਆ ਜਾਂ ਹੋਮ ਬਾਇਰਸ ਆ ਉਹਨਾਂ ਨੂੰ ਇਹ ਫਲੈਟ ਵੇਚ ਸਕਦਾ। ਇਹਦੇ ਵਿੱਚ ਕੀ ਹੁੰਦਾ, ਉਹਨੂੰ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਪਹਿਲਾਂ ਉਹਨੂੰ ਆਪਣੇ ਨਕਸ਼ੇ ਪਾਸ ਕਰਾਉਣੇ ਪੈਂਦੇ ਆ ਪੁੱਡਾ ਤੋਂ ਜਾਂ ਕਾਰਪੋਰੇਸ਼ਨ ਤੋਂ, ਜਿਸ ਇਹ ਕੰਪੀਟੈਂਟ ਅਥਾਰਟੀ ਦੇ ਵਿੱਚ ਉਹ ਜ਼ਮੀਨ ਉਹਦੀ ਆਊਗੀ। ਉਹ ਤੋਂ ਬਾਅਦ ਪੰਜਾਬ ਲੈਂਡ ਅਪਾਰਟਮੈਂਟ ਐਕਟ ਦੇ ਮੁਤਾਬਿਕ ਇਹਦੇ ਨਕਸ਼ੇ ਪਾਸ ਹੋਣਗੇ। ਉਹ ਤੋਂ ਬਾਅਦ ਇਹ ਆਪਣੇ ਆਪ ਨੂੰ ਰਜਿਸਟਰ ਕਰਾਉਣਗੇ ਰੈਰਾ ਦੇ ਵਿੱਚ। ਰੈਗੂਲੇਟਰਿੰਗ ਅਥਾਰਟੀ ਹੈ ਇਹ, ਸੈਂਟਰਲ ਗਵਰਨਮੈਂਟ ਦਾ ਇੱਕ ਐਕਟ ਹੈ, ਉਹਦੇ ਵਿੱਚ ਰੈਰਾ ਦੇ ਵਿੱਚ ਇਹ ਆਪਣੇ ਆਪ ਨੂੰ ਰਜਿਸਟਰ ਕਰਾ ਕੇ ਫਿਰ ਆਪਣੇ ਜਿਹੜੇ ਆ ਇਹਦੇ ਬਿਆਨੇ ਕਰ ਸਕਦੇ ਆ ਫਲੈਟਸ ਦੇ ਖਰੀਦ ਵੇਚਣ ਦੇ ਸੰਬੰਧ ਦੇ ਵਿੱਚ। ਕਈ ਵਾਰ ਅਸੀਂ ਦੇਖਦੇ ਹਾਂ ਕਿ ਕੋਈ ਵਿਅਕਤੀ ਹੈ ਉਸਨੇ ਜਿਹੜਾ ਹੈ ਇੱਕ ਫਲੈਟ ਖਰੀਦ ਲਿਆ ਹੈ ਜੀ, ਜਾਂ ਉਸਦੀ ਜਿਹੜੀ ਹੈਗੀ ਹੈ ਜੀ ਜਿਹੜਾ ਬਿਆਨਾ ਉਸਦਾ ਕਰ ਲਿਆ ਹੈ, ਪਰ ਬਾਅਦ ਵਿੱਚ ਉਸਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਸੰਬੰਧਿਤ ਬਿਲਡਰ ਹੈ ਜਾਂ ਜਿਹੜਾ ਸੰਬੰਧਿਤ ਕੰਪਨੀ ਹੈ ਜਿਹੜੀ ਇਹ ਫਲੈਟ ਬਣਾ ਰਹੀ ਹੈ, ਇਹਨਾਂ ਕੋਲ ਫਲੈਟ ਬਣਾਉਣ ਦੀ ਜਿਹੜੀ ਹੈ ਉਹ ਪਰਮਿਸ਼ਨ ਨਹੀਂ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਮਾਨਤਾ ਨਹੀਂ ਹੈ ਜੀ, ਜਾਂ ਉਸਦੇ ਵਿੱਚ ਕੋਈ ਉਸਨੇ ਨਕਸ਼ਾ ਕੋਈ ਹੋਰ ਪਾਸ ਕਰਾਇਆ ਹੈ, ਜਾਂ ਉਸਨੇ 10 ਜਿਹੜੀਆਂ ਮੰਜ਼ਿਲਾਂ ਪਾਸ ਕਰਾਈਆਂ ਉਹ ਬਣਾ ਕੇ ਤੁਹਾਨੂੰ 13 ਦੇ ਰਿਹਾ ਹੈ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦ ਕਿਸੇ ਵਿਅਕਤੀ ਨੇ ਫਲੈਟ ਖਰੀਦਣਾ ਹੈ, ਸਭ ਤੋਂ ਪਹਿਲੇ ਉਹ ਜਦ ਉਹ ਬਿਲਡਰ ਕੋਲ ਜਾਂ ਉਸ ਕੰਪਨੀ ਕੋਲ ਜਾਂਦਾ ਹੈ, ਕਿੰਨਾ ਕੁ ਜ਼ਰੂਰੀ ਬਣ ਜਾਂਦਾ ਹੈ ਕਿ ਇਹ ਸਾਰੀਆਂ ਗੱਲਾਂ ਦੀ ਛਾਣਬੀਣ ਕਰੇ, ਅਤੇ ਕਿਹੜੇ ਇਹੋ ਜਿਹੇ ਕਾਗਜ਼ ਹਨ ਜਿਹੜੇ ਉਸ ਬਿਲਡਰ ਤੋਂ ਜਾਂ ਉਸ ਕੰਪਨੀ ਤੋਂ ਮੰਗਣੇ ਚਾਹੀਦੇ ਹਨ, ਜਿਸ ਦੇ ਨਾਲ ਸਾਨੂੰ ਤਸੱਲੀ ਹੋ ਸਕੇ ਕਿ ਇਹ ਜੋ ਵੀ ਇਹ ਕਰ ਰਹੇ ਨੇ ਜਾਂ ਜੋ ਵੀ ਕੁਛ ਸਾਨੂੰ ਇਹ ਵੇਚ ਰਹੇ ਨੇ ਕਾਨੂੰਨ ਮੁਤਾਬਕ ਸਭ ਕੁਛ ਠੀਕ ਹੈ ਜੀ? ਜੀ ਸਾਹਿਬ, ਸਭ ਤੋਂ ਪਹਿਲੀ ਗੱਲ, ਜਦੋਂ ਆਪਾਂ ਇੱਕ ਫਲੈਟ ਖਰੀਦਣ ਜਾਂਦੇ ਹਾਂ, ਸਾਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਰੈਰਾ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਮੰਗਣਾ ਚਾਹੀਦਾ। ਉਸ ਤੋਂ ਬਾਅਦ ਸਾਨੂੰ ਰੈਰਾ ਦੀ ਵੈਬਸਾਈਟ 'ਤੇ ਜਾ ਕੇ ਦੇਖਣਾ ਚਾਹੀਦਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹਨਾਂ ਨੇ ਪਾਸ ਕਰਾਇਆ, ਇਹਦੇ ਵਿੱਚ ਇਹਦੇ ਮਾਲਿਕ ਕੌਣ ਹੈ। ਰੈਰਾ ਦੀ ਵੈਬਸਾਈਟ ਦੇ ਵਿੱਚ ਜਦੋਂ ਰੈਰਾ ਦੇ ਪ੍ਰੋਜੈਕਟ ਦੇ ਵਿੱਚ ਇਹ ਰਜਿਸਟਰ ਹੋ ਜਾਂਦਾ, ਉਹਦੀ ਸਾਰੀ ਜਾਣਕਾਰੀ ਰੈਰਾ ਦੀ ਵੈਬਸਾਈਟ ਦੇ ਵਿੱਚ ਅਵੇਲੇਬਲ ਹੈ। ਇਹਦੀ ਰੈਗੂਲੇਟਰੀ ਅਥਾਰਟੀ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜਦੋਂ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਉਹਨੇ 10 ਮੰਜ਼ਿਲਾਂ ਪਾਸ ਕਰਾਈਆਂ ਅਤੇ ਸਾਨੂੰ 12ਵੀਂ 13ਵੀਂ ਜਾਂ 11ਵੀਂ ਵੇਚਦਾ ਪਿਆ, ਇਹਦੇ ਵਿੱਚ ਤੁਸੀਂ ਇਸ ਹਾਲਾਤਾਂ ਦੇ ਵਿੱਚ ਤੁਸੀਂ ਰੈਰਾ ਦੇ ਵਿੱਚ ਰੈਗੂਲੇਟਰੀ ਅਥਾਰਟੀ ਦੇ ਵਿੱਚ ਵੀ ਇਹਦੀ ਕੰਪਲੇਂਟ ਕਰ ਸਕਦੇ ਹੋ। ਜਿਹੜਾ ਇੱਕ ਫਰੋਡ ਵੀ ਤੁਹਾਡੇ ਨਾਲ ਇਹ ਇੱਕ ਹੱਦ ਤੱਕ ਕੀਤਾ ਜਾ ਰਿਹਾ, ਕਿਉਂਕਿ ਤੁਹਾਨੂੰ ਝੂਠ ਤੱਥ ਪੇਸ਼ ਕਰਕੇ, ਗਲਤ ਤੱਥ ਪੇਸ਼ ਕਰਕੇ ਤੁਹਾਨੂੰ ਇੱਕ ਰੁਝਾਨ ਦਿੱਤਾ ਗਿਆ ਕਿ ਤੁਸੀਂ ਆਓ ਅਤੇ ਮੇਰੇ ਕੋਲ ਬਿਲਡਰ ਵੱਲੋਂ ਕਿ ਆਓ ਅਤੇ ਮੇਰੇ ਕੋਲ ਫਲੈਟ ਖਰੀਦੋ। ਇਹਦਾ ਮਤਲਬ ਇਹ ਆ
ਕਿ ਉਹਨੇ ਤੁਹਾਡੇ ਨਾਲ ਫਰੋਡ ਕੀਤਾ, ਫਰੋਡ ਦੇ ਵਿੱਚ ਫਿਰ ਤੁਸੀਂ ਕ੍ਰਿਮੀਨਲ ਪ੍ਰੋਸੀਕਿਊਸ਼ਨ 420 406 ਦੇ ਤਹਿਤ ਵੀ ਜਾ ਸਕਦੇ ਹੋ, ਅਤੇ ਨਾਲ ਤੁਸੀਂ ਰਹਿਰਾ ਦੇ ਵਿੱਚ ਜਾਂ ਕੰਜ਼ਿਊਮਰ ਕੋਰਟ ਦੇ ਵਿੱਚ ਵੀ ਜਾਂ ਦੀਵਾਨੀ ਮੁਕੱਦਮਾ ਵੀ ਇਹਦੇ ਵਿੱਚ ਕਰ ਸਕਦੇ ਹੋ। ਇਹ ਤਾਂ ਸਿਲਸਿਲਾ ਸੀਗਾ ਕਿ ਫਲੈਟ ਦਾ ਜੇ ਅਸੀਂ ਲੈਣਾ ਹੈ ਤਾਂ ਕਿਹੜੀਆਂ ਗੱਲਾਂ ਦਾ ਖਾਸ ਤੌਰ 'ਤੇ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ, ਉਸ ਤੋਂ ਬਾਅਦ ਜਿਹੜਾ ਹੈ ਸਾਡਾ ਇੱਕ ਉਹਨਾਂ ਨੇ ਜਿਹੜਾ ਹੈ ਬਿਆਨਾ ਲਿਖ ਹੋਊਗਾ। ਜਦ ਫਲੈਟ ਅਸੀਂ ਖਰੀਦਦੇ ਹਾਂ ਆਮ ਤੌਰ 'ਤੇ ਆਹ ਹੁੰਦਾ ਹੈ ਕਿ ਇੱਕ ਕੁਛ ਜ਼ਮੀਨ ਹੁੰਦੀ ਹੈ, ਜ਼ਮੀਨ ਦੇ ਟੁਕੜੇ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਮੰਜ਼ਿਲਾਂ ਜਿਹੜੀਆਂ ਉਹ ਸਾਰੀਆਂ ਜਾਂਦੀਆਂ ਹਨ। ਜਦ ਅਸੀਂ ਫਲੈਟ ਖਰੀਦਦੇ ਹਾਂ ਕੇਵਲ ਉਹ ਸਾਡੀ ਜਿਹੜੀ ਉਹ ਰਜਿਸਟ੍ਰੇਸ਼ਨ ਹੁੰਦੀ ਉਹ ਮਲਬੇ ਦੀ ਹੁੰਦੀ ਹੈ ਜਾਂ ਚਾਰ ਦੀਵਾਰੀ ਦੀ ਹੁੰਦੀ ਹੈ ਜਾਂ ਜਿਸ ਜ਼ਮੀਨ ਦੇ ਉੱਤੇ ਉਹ ਜਿਹੜੇ ਫਲੈਟ ਖੜ੍ਹੇ ਕੀਤੇ ਗਏ ਹਨ ਉਸ ਜ਼ਮੀਨ ਦੇ ਵਿੱਚ ਵੀ ਸਾਡਾ ਹਿੱਸਾ ਹੁੰਦਾ ਹੈ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿਓ ਜੀ। ਵਕੀਲ ਸਾਹਿਬ, ਇਹਦੇ ਵਿੱਚ ਜਦੋਂ ਆਪਾਂ ਫਲੈਟ ਦੀ ਇੱਕ ਖਰੀਦਣਾ ਹੈ, ਸਭ ਤੋਂ ਪਹਿਲਾਂ ਤਾਂ ਸਾਨੂੰ ਬਿਲਡਰ ਵੱਲੋਂ ਇੱਕ ਅਲੋਟਮੈਂਟ ਲੈਟਰ ਦਿੱਤਾ ਜਾਂਦਾ। ਅਲੋਟਮੈਂਟ ਲੈਟਰ ਤੋਂ ਬਾਅਦ ਸਾਡੇ ਨਾਲ ਇੱਕ ਬਿਆਨਾ ਕੀਤਾ ਜਾਊਗਾ ਜਿਹਦੇ ਵਿੱਚ ਸਾਰੀ ਸ਼ਰਤਾਂ ਲਿਖੀਆਂ ਜਾਣਗੀਆਂ, ਪੇਮੈਂਟ ਸ਼ਡਿਊਲ ਲਿਖਿਆ ਜਾਊਗਾ। ਜਦੋਂ ਸਾਰੀ ਪੇਮੈਂਟ ਸ਼ਡਿਊਲ ਪੂਰੀ ਹੋ ਗਈ, ਉਹ ਤੋਂ ਬਾਅਦ ਤੁਸੀਂ ਤਹਿਸੀਲ ਦੇ ਵਿੱਚ ਜਾ ਕੇ ਬਿਲਡਰ ਦੇ ਨਾਲ ਇਹ ਫਲੈਟ ਦੀ ਜਿਹੜੀ ਰਜਿਸਟਰੀ ਹੈ ਆਪਣੇ ਨਾਂ 'ਤੇ ਕਰਾ ਸਕਦੇ ਹੋ। ਜਦੋਂ ਆਪਾਂ ਫਲੈਟ ਦੀ ਰਜਿਸਟਰੀ ਦੀ ਗੱਲ ਕਰਦੇ ਹਾਂ, ਇਹ ਸਿਰਫ ਤੁਹਾਡਾ ਫਲੈਟ ਦੀ ਰਜਿਸਟਰੀ ਹੁੰਦੀ ਹੈ, ਇਹਦੇ ਵਿੱਚ ਤੁਹਾਡੇ ਨਾ ਬੇਸਮੈਂਟ ਦਾ ਜਾਂ ਛੱਤ ਦਾ ਤੁਹਾਡਾ ਕੋਈ ਰਾਈਟ ਨਹੀਂ ਹੁੰਦਾ। ਤੁਹਾਡਾ ਸਿਰਫ ਉਹ ਇੱਕ ਕਵਰਡ ਏਰੀਆ ਦਾ ਨਕਸ਼ੇ ਦੇ ਮੁਤਾਬਿਕ ਤੁਹਾਡੀ ਰਜਿਸਟਰੀ ਹੁੰਦੀ ਹੈ। ਇਹਦੇ ਵਿੱਚ ਜਦੋਂ ਤੁਸੀਂ ਰਜਿਸਟਰੀ ਕਰਾਉਂਦੇ ਹੋ, ਉਸ ਤੋਂ ਬਾਅਦ ਇਹਦੇ ਵਿੱਚ ਫਲੈਟ ਦਾ ਇੰਤਕਾਲ ਵੀ ਨਹੀਂ ਚੜ੍ਹਦਾ। ਇਹ ਜਿਹੜੀ ਸੁਸਾਇਟੀ ਉੱਥੇ ਬਣੂਗੀ ਫਲੈਟਸ ਦੀ, ਉਹ ਇੱਕ ਰਜਿਸਟਰ ਮੇਨਟੇਨ ਕਰੂਗੀ। ਉਹ ਰਜਿਸਟਰ ਜਿਹੜਾ ਹੋਊਗਾ ਉਹ ਰਿਕਾਰਡ ਰੱਖੂਗਾ ਕਿ ਇਹਦੇ ਮਾਲਕ ਕੌਣ ਹੈ, ਅਤੇ ਉਸ ਰਜਿਸਟਰ ਦੀ ਕਾਪੀ ਸੁਸਾਇਟੀ ਐਕਟ ਦੇ ਮੁਤਾਬਿਕ ਰਜਿਸਟਰਾਰ ਆਫ ਸੁਸਾਇਟੀ ਕੋਲ ਵੀ ਜਮ੍ਹਾਂ ਕਰਾਉਣਾ ਬੇਹਨ ਜ਼ਰੂਰੀ ਹੈ, ਅਤੇ ਨਾਲ ਇੱਕ ਕੁਲੈਕਟਰ ਸਾਹਿਬ ਕੋਲ ਵੀ ਇਹਦੀ ਰਿਕਾਰਡ ਜਿਹੜਾ ਹੈ ਉਹ ਡਿਪੋਜ਼ਿਟ ਕੀਤਾ ਜਾਂਦਾ। ਜਦ ਵੀ ਅਸੀਂ ਜਾਇਦਾਦ ਕੋਈ ਖਰੀਦਦੇ ਹਾਂ ਖਾਸ ਤੌਰ 'ਤੇ, ਤਾਂ ਉਸ ਦੇ ਨਾਲ ਇੱਕ ਬਹੁਤ ਜ਼ਰੂਰੀ ਜਿਹੜਾ ਉਸਦਾ ਇੱਕ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਆਸਪੈਕਟ ਹੈ ਉਹ ਹੈਗਾ ਕਿ ਲੋਨ, ਕਿਉਂਕਿ ਹਰ ਇੱਕ ਵਿਅਕਤੀ ਦੀ ਜਿਹੜਾ ਸਮਾਜ ਦੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਸਾਰੇ ਦੇ ਸਾਰੇ ਪੈਸੇ ਜਿਹੜਾ ਉਹ ਇਕੱਠੇ ਉਸ ਜਾਇਦਾਦ ਦੇ ਲਈ ਦੇ ਸਕੇ, ਤਾਂ ਆਮ ਤੌਰ 'ਤੇ ਫਿਰ ਜਿਹੜੇ ਕਿਸੇ ਨੇ ਜਦ ਵੀ ਜਾਇਦਾਦ ਲੈਣੀ ਹੁੰਦੀ ਹੈ ਉਹ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਬੈਂਕ ਤੋਂ ਜਿਹੜਾ ਉਸ ਜਾਇਦਾਦ ਦਾ ਜਿਹੜਾ ਲੋਨ ਕਰਵਾ ਲਿਆ ਜਾਵੇ। ਜਦ ਅਸੀਂ ਇਹ ਕੋਈ ਜਾਇਦਾਦ ਇਹੋ ਜਿਹੀ ਖਰੀਦਣੀ ਹੈ ਜਿਹੜੀ ਅਸੀਂ ਬੈਂਕ ਤੋਂ ਲੋਨ ਕਰਵਾ ਕੇ ਖਰੀਦਣੀ ਹੈ, ਤਾਂ ਉਸ ਵੇਲੇ ਸਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਕਿਹੜੇ ਇਹੋ ਜਿਹੇ ਕਾਗਜ਼ਾਤ ਹਨ ਜਿਹੜੇ ਸਾਡੇ ਤੋਂ ਬੈਂਕ ਨੇ ਮੰਗਣੇ ਹਨ ਜਾਂ ਬੈਂਕ ਨੇ ਵੇਰੀਫਾਈ ਕਰਨੇ ਹਨ, ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਜੀ। ਕਿਸਾ, ਸਭ ਤੋਂ ਪਹਿਲਾਂ ਬੈਂਕ ਨੇ ਦੇਖਣਾ ਕਿ ਜਿਹੜੀ ਜਾਇਦਾਦ ਤੁਸੀਂ ਖਰੀਦ ਰਹੇ ਹੋ ਇਹਦਾ ਮੌਜੂਦਾ ਮਾਲਕ ਕੌਣ ਆ। ਉਹ ਤੋਂ ਬਾਅਦ ਜਿਹੜੀ ਇਹਦੀ 13 ਸਾਲ ਦਾ ਜਾਂ ਕਈ ਬੈਂਕ 30 ਸਾਲ ਦਾ ਰਿਕਾਰਡ ਚੈੱਕ ਕਰਦੇ ਆ ਕਿ ਇਹਦੇ ਵਿੱਚ ਕਿਹੜੇ ਕਿਹੜੇ ਮਾਲਕ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਚੇਂਜ ਹੋਏ ਆ। ਉਹ ਤੋਂ ਬਾਅਦ ਉਹ ਦੇਖਦੇ ਆ ਕਿ ਜੇ ਇਹਦਾ ਘਰ ਬਣਿਆ ਹੋਇਆ ਤਾਂ ਉਹਦੀ ਨਕਸ਼ਾ ਪਾਸ ਆ, ਤੀਸਰੀ ਗੱਲ ਕਿ ਉਹਦਾ ਬਿਜਲੀ ਦਾ ਬਿੱਲ ਪ੍ਰੋਪਰਟੀ ਟੈਕਸ ਸਾਰਾ ਪੇਡ ਹੈ, ਕਾਰਪੋਰੇਸ਼ਨ ਦੇ ਵਿੱਚ ਇਹਦਾ ਰਿਕਾਰਡ ਹੈ, ਹਾਊਸ ਟੈਕਸ 'ਤੇ ਹੈ ਜਾਂ ਫਿਰ TS1 ਜਿਹੜਾ ਪਹਿਲਾਂ ਹੁੰਦਾ ਸੀਗਾ ਉਹਦੇ ਵਿੱਚ ਇਹਦੀ ਮਾਨਤਾ ਜਿਹੜੀ ਹੈ ਉਹ ਸੈਲਰ ਦੀ ਉੱਥੇ ਨੇਮ ਜਿਹੜਾ ਉਹ ਰਿਕਾਰਡ ਦੇ ਵਿੱਚ ਹੈਗਾ। ਤੀਸਰੀ ਗੱਲ ਇਹਦੇ ਜਿਹੜੇ ਫਰਦਾਂ ਦੇ ਵਿੱਚ ਜਾਮਾਬੰਦੀ ਦਾ ਰਿਕਾਰਡ ਚੈੱਕ ਕਰਦੇ ਆ ਕਿ ਜਿਹੜੇ ਜਿਹੜੇ ਬਾਇਰ ਸੀਗੇ ਉਹਨਾਂ ਦੇ ਇੰਤਕਾਲ ਮੌਕੇ 'ਤੇ ਚੜ੍ਹੇ ਆ ਕਿ ਨਹੀਂ ਚੜ੍ਹੇ ਆ, ਮਨਜ਼ੂਰ ਆ ਕਿ ਨਹੀਂ ਹੈ ਜੀ। ਇਹ ਜਿੱਦਾਂ ਤੁਸੀਂ ਸਾਨੂੰ ਦੱਸਿਆ ਕਿ ਜਿਹੜੇ ਤੁਹਾਡੇ ਬੇਸਿਕ ਜਿਹੜੇ ਇੱਕ ਡਾਕੂਮੈਂਟ ਹਨ ਉਹ ਜਿਹੜੇ ਚੈੱਕ ਹੋਣੇ ਹਨ, ਜਿੱਦਾਂ ਜਮ੍ਹਾਂਬੰਦੀਆਂ ਚੈੱਕ ਹੋਣੀਆਂ ਹਨ, ਇੰਤਕਾਲ ਚੈੱਕ ਹੋਣਾ ਹਨ, ਬਾਕੀ ਜਿਹੜਾ ਤੁਸੀਂ ਇਹ ਉਹ ਜਿਹੜਾ ਟੈਕਸ ਵਗੈਰਾ ਉਤਾਰਿਆ ਹੈਗੇ ਨਹੀਂ। ਅਸੀਂ ਪੁਰਾਣੇ ਜ਼ਮਾਨੇ ਤੋਂ ਹੁਣ ਤੱਕ ਦੀ ਗੱਲ ਕਰਦੇ ਹਾਂ ਕਿ ਭਲੇ ਵੇਲਿਆਂ ਦੇ ਵਿੱਚ ਇੱਦਾਂ ਹੁੰਦਾ ਸੀ, ਜਿਹੜੀ ਤਾਂ ਇਹ ਖੇਤੀ ਵਾਲੀ ਜ਼ਮੀਨ ਹੈ
ਉਹਦਾ ਤਾਂ ਸਾਰਾ ਜਿਹੜਾ ਉਹ ਰਿਕਾਰਡ ਹੁੰਦਾ ਸੀਗਾ ਜੀ, ਜਿਹੜਾ ਮੇਨਟੇਨ ਕੀਤਾ ਜਾਂਦਾ ਸੀਗਾ, ਜਮ੍ਹਾਂਬੰਦੀਆਂ ਜਿਹੜੀਆਂ ਲਿਖੀਆਂ ਜਾਂਦੀਆਂ ਸੀ ਸਮੇਂ ਸਮੇਂ ਮੁਤਾਬਕ, ਉਹ ਜਿਹੜੀਆਂ ਜਮ੍ਹਾਂਬੰਦੀਆਂ ਅਪਡੇਟ ਵੀ ਕੀਤੀਆਂ ਜਾਂਦੀਆਂ ਸਨ। ਪਰ ਜਿਹੜੇ ਅਸੀਂ ਦੇਖਦੇ ਸੀਗੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਰਿਹਾਇਸ਼ੀ ਇਲਾਕੇ ਆ, ਜਿਹਨੂੰ ਆਪਾਂ ਕਹਿੰਦੇ ਲਾਲ ਲਕੀਰ ਜਾਂ ਲਾਲ ਡੋਰਾ ਵੀ ਕਹਿ ਦਿੰਦੇ ਹਾਂ, ਕਿ ਉਹਦੇ ਵਿੱਚ ਜਿਹੜੇ ਆਉਂਦੇ ਸਨ ਉਹਦਾ ਕੋਈ ਰੈਵਨਿਊ ਰਿਕਾਰਡ ਨਹੀਂ ਹੁੰਦਾ ਸੀ। ਜਦ ਹੁਣ ਕਿਸੇ ਵਿਅਕਤੀ ਨੇ ਲਾਲ ਲਕੀਰ ਦੇ ਵਿੱਚ ਪ੍ਰੋਪਰਟੀ ਖਰੀਦਣੀ ਹੈ ਜਾਂ ਉਸਦੇ ਲਈ ਪ੍ਰੋਪਰਟੀ ਖਰੀਦਣ ਲਈ ਲੋਨ ਕਰਵਾਉਣਾ ਹੈ, ਫਿਰ ਉਹ ਰੈਵਨਿਊ ਰਿਕਾਰਡ ਤਾਂ ਸਾਡੇ ਕੋਲ ਵਕੀਲ ਸਾਹਿਬ ਹੈ ਨਹੀਂ ਗਾ, ਫਿਰ ਅਸੀਂ ਕਿੱਥੋਂ ਤਸੱਲੀ ਕਰਾਂਗੇ ਕਿ ਜਿਹੜੀ ਇਹ ਪ੍ਰੋਪਰਟੀ ਹੈ ਇਸਦੇ ਕਾਗਜ਼ਾਤ ਠੀਕ ਹਨ ਜਾਂ ਕਾਨੂੰਨ ਮੁਤਾਬਕ ਇਹ ਜਿਹੜੀ ਸਾਨੂੰ ਚੀਜ਼ ਵੇਚੀ ਜਾ ਰਹੀ ਹੈ ਇਹ ਠੀਕ ਹੈ ਜਾਂ ਗੈਰ ਕਾਨੂੰਨੀ ਥਾਂ 'ਤੇ ਕਿਤੇ ਕਬਜ਼ਾ ਤਾਂ ਨਹੀਂ ਕੀਤਾ ਹੋਇਆ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਵਕੀਲ ਸਾਹਿਬ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਆਪਾਂ ਲਾਲ ਲਕੀਰ ਦੀ ਗੱਲ ਕਰਦੇ ਹਾਂ, ਲਾਲ ਲਕੀਰ ਦੇ ਵਿੱਚ ਅਸੀਂ ਜਿਹੜੀ ਪ੍ਰੋਪਰਟੀ ਕਦੋਂ ਤੋਂ ਉਹ ਐਗਜ਼ਿਸਟੈਂਸ ਆਈ ਹੈ, ਐਗਜ਼ਿਸਟੈਂਸ ਆਈ ਦਾ ਮਤਲਬ ਆ ਕਿ ਕਦੋਂ ਤੋਂ ਉਹਦੀ ਪਹਿਲੀ ਵਾਰ ਜਿਹੜੀ ਹੈ ਖਰੀਦ ਫਰੋਖ ਕੀਤੀ ਗਈ, ਇਹਦੀ ਫਿਰ ਸਾਨੂੰ ਇੰਸਪੈਕਸ਼ਨ ਕਰਨੀ ਪੈਣੀ ਹੈ ਕਿ ਜਿਹੜੇ ਜਿਹੜੇ ਇਹ ਸੇਲ ਡੀਡਸ ਇੱਕ ਬਾਇਰ ਤੁਹਾਡੇ ਅੱਗੇ ਪੇਸ਼ ਕਰਦਾ ਜਾਂ ਬੈਂਕ ਅੱਗੇ ਪੇਸ਼ ਕਰਦਾ ਉਹ ਸਹੀ ਹੈ ਕਿ ਗਲਤ ਹੈ, ਇਹਦੀ ਤੁਹਾਨੂੰ ਇੱਕ ਰਿਕਾਰਡ ਚੈੱਕ ਕਰਨਾ ਪੈਣਾ। ਦੂਜੀ ਗੱਲ, ਜਿਸ ਇਹਦੇ ਹਾਊਸ ਟੈਕਸ ਇਹਦਾ ਪੇ ਹੈ ਕਿ ਨਹੀਂ ਹੈ, TS1 ਕਾਰਪੋਰੇਸ਼ਨ ਦੇ ਵਿੱਚ ਇਹਦੇ ਪੁਰਾਣੇ ਮਾਲਕਾਂ ਦਾ ਨਾਂ ਚੜ੍ਹਿਆ ਕਿ ਨਹੀਂ ਚੜ੍ਹਿਆ, ਉਹ ਤੋਂ ਬਾਅਦ ਬਿਜਲੀ ਦਾ ਬਿੱਲ ਜਾਂ ਬਿਜਲੀ ਦਾ ਮੀਟਰ ਕਿਹੜੇ ਸਾਲ 'ਚ ਲੱਗਿਆ, ਕਦੋਂ ਤੋਂ ਉਹ ਚੱਲਦਾ ਆ ਰਿਹਾ, ਕਦੋਂ ਤੋਂ ਉਹਦੀ ਬਿੱਲ ਪੇਮੈਂਟ ਹੋ ਰਹੀ ਹੈ, ਅਤੇ ਸਰਕਾਰ ਦੀ ਕੋਈ ਮਾਲਕੀਤਾ ਤਾਂ ਨਹੀਂ ਹੈ ਇਹਦੇ ਵਿੱਚ, ਇਹ ਚੈੱਕ ਕੀਤੀ ਜਾਊਗੀ ਇੰਸਪੈਕਸ਼ਨ ਤੋਂ ਬਾਅਦ। ਵਕੀਲ ਸਾਹਿਬ, ਸਾਨੂੰ ਸਮਾਂ ਹੋਰ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਅੱਜ ਦੇ ਆਪਣੇ ਸਿਲਸਿਲੇ ਨੂੰ ਹੋਰ ਅੱਗੇ ਵਧਾ ਸਕੀਏ। ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਨਮਸਕਾਰ ਜੀ। ਥੈਂਕ ਯੂ।